ਪੁੱਤਰ ਮੋਹ ਵਿੱਚ ਫਸੇ ਨੇ ਲੀਡਰ ਬਹੁਤੇ, ਰਾਜ ਧਰਮ ਨੇ ਆਪਣਾ ਭੁਲਾਈ ਜਾਂਦੇ। ਪੁੱਤਰ ਮੋਹ ਵਿੱਚ ਫਸੇ ਲੀਡਰ ਬਹੁਤੇ, ਰਾਜ ਧਰਮ ਨੇ ਆਪਣਾ ਭੁਲਾਈ ਜਾਂਦੇ। ਜਾ ਕੇ ਡੇਰਿਆਂ ਦੇ ਉੱਤੇ ਨੱਕ ਰਗੜਨ, ਪਖੰਡੀ ਸਾਧਾਂ ਨੂੰ ਬਾਪ ਬਣਾਈ ਜਾਂਦੇ। ਉਹ ਕੌਮ ਤੋਂ ਸਰਬੰਸ ਨੂੰ ਵਾਰ ਗਿਆ ਅਤੇ ਇਹ ਕੌਮ ਦੀ ਬਲੀ ਚੜਾਈ ਜਾਂਦੇ। ਉਹ ਕੌਮ ਤੋਂ ਸਰਬੰਸ ਨੂੰ ਵਾਰ ਗਿਆ ਅਤੇ ਇਹ ਕੌਮ ਦੀ ਬਲੀ ਚੜਾਈ ਜਾਂਦੇ। ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਗੱਲਬਾਤ ਕਰੀਏ ਅੱਜ ਵੀ ਜਿਵੇਂ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ ਕਰੀਦਾ, ਅੱਜ ਵੀ ਪ੍ਰੋਗਰਾਮ ਉਸੇ ਤਰ੍ਹਾਂ ਹੋਏਗਾ, ਪਰ ਨਾਲ ਦੀ ਨਾਲ ਜਿਹੜੀ ਖੁਸ਼ਖਬਰੀ ਇੱਕ ਸਾਂਝੀ ਤੁਹਾਡੇ ਨਾਲ ਕਰੀਦੀ ਹੈ, ਅਕਸਰ ਕਰੀਦੀ ਹੈ। ਜਿੱਥੇ ਕੋਈ ਚੰਗੀ ਗੱਲ ਚੱਲਦੀ ਉੱਥੇ ਮਾੜੀ ਵੀ ਚੱਲਦੀ ਹੈ। ਸਟੂਡੀਓ ਸਾਡਾ ਜਿਹੜਾ ਲੈਥਰੋਪ ਦੇ ਵਿੱਚ ਲਗਭਗ ਬਿਲਕੁਲ ਤਿਆਰ ਹੋ ਗਿਆ ਅਤੇ 6 ਮਾਰਚ ਦੀ ਉਹਦੀ ਗ੍ਰੈਂਡ ਓਪਨਿੰਗ ਅਸੀਂ ਰੱਖਣੀ ਆ। ਤੁਹਾਡੇ ਵਿੱਚੋਂ ਵੀ ਕੋਈ ਇਸ ਗ੍ਰੈਂਡ ਓਪਨਿੰਗ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਇਸ ਏਰੀਏ 'ਚੋਂ, ਕੈਲੀਫੋਰਨੀਆ ਤੋਂ ਜਾਂ ਕਿਤੇ ਵੀ, ਤਾਂ ਜ਼ਰੂਰ ਸਾਨੂੰ ਫੋਨ ਕਰਕੇ ਅਤੇ ਆਪਣਾ ਨਾਮ ਲਿਖਵਾ ਸਕਦੇ ਹੋ। ਨਾਮ ਲਿਖਵਾ ਕੇ ਤੁਸੀਂ, ਤੁਹਾਡਾ ਫੋਨ ਨੰਬਰ ਸਾਡੇ ਕੋਲ ਹੋਏਗਾ, ਫਿਰ ਤੁਹਾਡਾ ਵੈਲਕਮ ਅਸੀਂ ਕਰਨ ਵਾਸਤੇ ਤਿਆਰ ਰਹਾਂਗੇ। ਮੇਰਾ ਨੰਬਰ ਨੋਟ ਕਰ ਲਓ, 209-450-33-62, ਜਾਂ ਫਿਰ ਅਸ਼ਮਤਾ ਜੀ ਦਾ ਨੰਬਰ ਆਉਂਦਾ ਸਕਰੀਨ 'ਤੇ, ਉਹ ਵੀ ਨੋਟ ਕਰ ਸਕਦੇ ਹੋ। ਅਤੇ ਇਹ ਨਾਲ ਦੀ ਨਾਲ ਖੁਸ਼ੀ ਦੀ ਖਬਰ ਅਤੇ ਨਾਲ ਦੀ ਨਾਲ ਇੱਕ ਦੁੱਖ ਦੀ ਖਬਰ ਵੀ ਸਾਂਝੀ ਕਰਨੀ ਪੈਣੀ ਆ ਕਿ ਜਿਵੇਂ ਖੁਸ਼ੀਆਂ ਚੱਲਦੀਆਂ ਨੇ ਦੁੱਖ ਵੀ ਚੱਲਦਾ ਹੈਗਾ। ਸਾਡੇ ਇੱਕ ਹਿਤੇਨ ਬੇਰੀ ਸਾਹਿਬ ਕੰਮ ਕਰਦੇ ਸੀਗੇ ਜਸ ਪੰਜਾਬੀ 'ਤੇ, ਕਾਫੀ ਦੇਰ ਕੰਮ ਕਰਿਆ ਉਹਨਾਂ ਨੇ, ਡਾਇਰੈਕਟਰ ਸੀਗੇ, ਬਹੁਤ ਸਾਰੇ ਲੋਕ ਜਾਣਦੇ ਵੀ ਹੋਣਗੇ। ਉਹਨਾਂ ਦੀ 41 ਸਾਲ ਦੀ ਲਗਭਗ ਉਮਰ ਸੀਗੀ ਅਤੇ ਕੱਲ੍ਹ ਸਵੇਰੇ ਉਹਨਾਂ ਦੀ ਡੈੱਥ ਹੋ ਗਈ। ਇੰਡੀਆ ਦੇ ਵਿੱਚ ਕੋਈ ਇਨਫੈਕਸ਼ਨ ਵਗੈਰਾ ਹੋਈ ਸੀ ਜੋ ਵੱਧ ਗਈ, ਸੋ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਜਸ ਪੰਜਾਬੀ ਦੀ ਸਾਰੀ ਟੀਮ ਅਸੀਂ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹਾਂ। ਚਲੋ ਜੀ, ਸਿਆਣੇ ਕਹਿੰਦੇ ਜਿਵੇਂ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਸੋ ਇਹਨਾਂ ਗੱਡੀਆਂ ਨੂੰ ਇੱਦਾਂ ਹੀ ਦੇਖਦੇ ਰਹਿਣਾ ਪੈਣਾ ਕਿਹੜੀ ਗੱਡੀ ਆ ਗਈ ਅਤੇ ਕਿਹੜੀ ਚੱਲ ਗਈ। ਜਿਹੜੀ ਚੱਲ ਗਈ ਆ ਉਹਨੇ ਪਿੱਛਾ ਮੁੜ ਕੇ ਨਹੀਂ ਦੇਖਣਾ, ਜਿਹੜੀ ਆ ਗਈ ਆ ਉਹਨੇ ਆਪਾਂ ਉਹਨੂੰ ਦੇਖ ਸਕਦੇ ਹਾਂ। ਇਹ ਸਾਡੀ ਜ਼ਿੰਦਗੀ ਦੀ ਇੱਕ ਫਿਤਰਤ ਆ, ਜ਼ਿੰਦਗੀ ਦਾ ਅਸੂਲ ਹੈ, ਜ਼ਿੰਦਗੀ ਦੇ ਨਾਲ ਨਾਲ ਇਹ ਸਾਰਾ ਕੁਝ ਚੱਲਦਾ ਰਹਿੰਦਾ। ਵਿਸ਼ੇ ਵਾਲੇ ਪਾਸੇ ਚੱਲੀਏ ਫਟਾਫਟ। ਵੈਸੇ ਮੈਂ ਕੀ ਨਾ ਇਰਾਦਾ ਜੇ ਘੱਟ ਸੀ ਮੇਰਾ, ਮੈਂ ਕਿਹਾ ਵੀ ਚਲੋ ਦਿੱਲੀ ਨਾਲ ਕੋਈ ਆਪਣਾ ਬੜਾ ਵਾਹ ਵਾਸਤਾ ਹੈ ਨਹੀਂ, ਚਲੋ ਕੀ ਗੱਲ ਕਰਨੀ ਹੈ। ਪਰ ਸਾਨੂੰ ਇੱਕ ਦੋ ਫੋਨ ਆਏ, ਕਹਿੰਦੇ ਯਾਰ ਵੀ ਤੁਸੀਂ ਕੇਜਰੀਵਾਲ ਦੀਆਂ ਪਰਸਨ ਨੂੰ ਵੋਟਾਂ, ਕੇਜਰੀਵਾਲ ਦੀਆਂ ਵੋਟਾਂ ਲਫ਼ਜ਼ ਜਿਹੜਾ ਉਹਨਾਂ ਨੇ ਯੂਜ਼ ਕੀਤਾ ਕਿ ਕੇਜਰੀਵਾਲ ਦੀਆਂ ਵੋਟਾਂ ਹੈਗੀਆਂ ਅਤੇ ਤੁਸੀਂ ਉਹਦੇ ਬਾਰੇ ਕੋਈ ਗੱਲਬਾਤ ਹੀ ਨਹੀਂ ਕੀਤੀ, ਕੋਈ ਪੁੱਛ ਦੱਸ ਲਓ ਸਾਡੇ ਕੋਲੋਂ ਵੀ ਕੌਣ ਜਿੱਤੂ ਕੌਣ ਹਾਰੂ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਵੋਟਾਂ ਦੀ ਗੱਲ ਤਾਂ ਅਸੀਂ ਕਰਦੇ ਰਹੀਦਾ। ਵੈਸੇ ਜੇ ਦੇਖਿਆ ਜਾਵੇ ਤਾਂ ਦਿੱਲੀ ਦੀਆਂ ਵੋਟਾਂ ਦੇ ਵਿੱਚ ਵੀ ਸਾਡੇ ਪੰਜਾਬੀਆਂ ਦਾ, ਖਾਸ ਤੌਰ 'ਤੇ ਬਾਹਰਲੇ ਮੁਲਕਾਂ 'ਚ ਬੈਠੇ ਪੰਜਾਬੀਆਂ ਦਾ ਕਾਫੀ ਇੰਟਰਸਟ ਹੈ, ਰੁਚੀ ਹੈ। ਉਹਦਾ ਸ਼ਾਇਦ ਕਾਰਨ ਇਹ ਹੋ ਸਕਦਾ ਕਿ ਇੱਕ ਤਾਂ ਉੱਥੇ ਜਿਹੜਾ ਮੁਕਾਬਲਾ ਹੁਣ ਸਿੱਧਾ ਸਿੱਧਾ ਹੈਗਾ BJP ਦਾ ਅਤੇ ਆਮ ਆਦਮੀ ਪਾਰਟੀ ਦੇ ਕਿਹਾ ਜਾਂਦਾ ਹੈ। ਬੇਸ਼ੱਕ ਸਰਵੇ ਦੱਸਦੇ ਨੇ, ਆਮ ਆਦਮੀ ਪਾਰਟੀ ਨੂੰ 3-4 ਸਰਵੇ ਆਏ ਨੇ, ਉਹ ਆਮ ਆਦਮੀ ਪਾਰਟੀ ਨੂੰ ਫੁੱਲ ਬਹੁਮਤ ਦਿੰਦੇ ਨੇ, ਪਰ ਕਹਿੰਦੇ ਵੀ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ, ਜਾਂ ਇਹਨਾਂ ਲੀਡਰਾਂ ਦਾ ਕੋਈ ਪਤਾ ਨਹੀਂ ਹੁੰਦਾ, ਆਖਰੀ ਸਮੇਂ ਕਿਹੜਾ ਤਿਕੜਮ 'ਚ ਲਾ ਦੇਣ ਅਤੇ ਤਿਕੜਮ ਦਾ ਫਿਰ ਪਿਕੜਮ ਬਣ ਜਾਂਦਾ, ਤਾਂ ਕੁਛ ਦਾ ਕੁਛ ਰਿਜ਼ਲਟ ਜਿਹੜੇ ਸਾਹਮਣੇ ਆ ਜਾਂਦੇ ਆ। ਪਰ ਇੱਕ ਗੱਲ ਤਾਂ ਪੱਕੀ ਹੈ ਕਿ BJP ਦਾ ਇਹ ਘੱਟ ਗਿਣਤੀਆਂ ਪ੍ਰਤੀ ਵਿਰੋਧ ਕਹਿ ਲਓ, ਚਾਹੇ ਗੁੱਸਾ ਕਹਿ ਲਓ, ਚਾਹੇ ਕੁਛ ਕਹਿ ਲਓ, ਅਤੇ ਹਿੰਦੂ ਤੱਤ ਪ੍ਰਤੀ ਜਿਹੜਾ ਉਹਨਾਂ ਦਾ ਪਿਆਰ ਆ, ਉਹ ਇਹਨਾਂ ਵੋਟਾਂ ਦੇ ਵਿੱਚੋਂ ਝਲਕਿਆ ਕਿ ਉਹਨਾਂ ਨੇ ਇੱਕ ਵੀ ਮੁਸਲਿਮ ਭਾਈਚਾਰੇ ਦੇ ਬੰਦੇ ਨੂੰ ਟਿਕਟ ਨਹੀਂ ਦਿੱਤੀ, ਹਾਲਾਂਕਿ ਪਹਿਲਾਂ 2-4 ਹੁੰਦੇ ਸੀ। ਚਲੋ ਉਹ ਵੋਟਾਂ ਦਾ ਕੀ ਬਣਦਾ, ਕਾਂਗਰਸ ਵਾਲੇ ਤਾਂ ਵਿਚਾਰੇ ਆਪਦੇ ਅਲੱਗ ਹੀ ਛਾਣੇ ਖੜਕਾਉਂਦੇ ਫਿਰਦੇ ਆ ਵੀ ਸਾਡਾ ਪਤਾ ਨਹੀਂ ਹੁਣ ਕੀ ਬਣਨਾ ਕੀ ਨਹੀਂ ਬਣਨਾ। ਕਾਂਗਰਸ ਦੀ ਕੋਈ ਬਾਹਲੀ ਇਹਦੇ 'ਚ ਅਹਿਮੀਅਤ ਨਹੀਂ ਲੱਗਦੀ ਇਸ ਵਾਰ। ਸੀਟਾਂ ਕਾਂਗਰਸ ਨੂੰ ਕਿਸੇ 1-2 ਹੀ ਦਿੱਤੀਆਂ, ਦੇ BJP ਨੂੰ 11 ਤੋਂ ਕੋਈ 18-12-13 ਦੇਈ ਜਾਂਦਾ, ਕੋਈ 18 ਦੇਈ ਜਾਂਦਾ, ਅਤੇ 50 ਤੋਂ ਉੱਪਰ ਉੱਪਰ ਇਹਨਾਂ ਦੀਆਂ ਹੈਗੀਆਂ, ਜਾਣੀ ਕਿ ਆਮ ਆਦਮੀ ਪਾਰਟੀ ਦੀਆਂ। ਵੋਟਾਂ ਦੀ ਗੱਲ ਕਰੀਏ, ਵੋਟਾਂ ਕਿਤੇ ਵੀ ਹੋਣ, ਵੋਟਾਂ ਵੋਟਾਂ ਹੀ ਨੇ। ਵੋਟਾਂ ਚਾਹੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਾਂ ਜੇ ਅਸੀਂ ਵੋਟਾਂ ਵੇਲੇ ਵੋਟਾਂ ਦੀ ਗੱਲ ਕਰਨ ਲੱਗ ਜਾਈਏ ਨਾ ਤਾਂ ਸਾਰਾ ਸਾਲ ਐਂ ਹੀ ਲੱਗ ਜਾਂਦਾ। ਪੰਜਾਬ ਦੇ ਵਿੱਚ ਤਾਂ ਕੋਈ ਨਾ ਕੋਈ ਵੋਟਾਂ ਆਈਆਂ ਹੀ ਰਹਿੰਦੀਆਂ, ਨਗਰ ਨਿਗਮ ਦੀਆਂ ਆ ਗਈਆਂ, ਆ ਪੰਚਾਇਤੀ ਚੋਣਾਂ ਆ ਗਈਆਂ, ਕੋਈ ਰਾਜ ਸਭਾ ਦੀਆਂ ਆ ਗਈਆਂ, ਕੋਈ ਲੋਕ ਸਭਾ ਦੀਆਂ ਆ ਗਈਆਂ, ਹੋਰ ਕੁਛ ਨਾ ਵੀ ਹੋਵੇ ਤਾਂ ਫਿਰ ਆ ਜਾਂਦੀਆਂ, ਕੋਈ ਨਾ ਕੋਈ ਬਾਈ ਇਲੈਕਸ਼ਨ ਆ ਜਾਂਦੀ ਹੈ, ਚਲੋ ਜੀ ਲੱਗੇ ਰਹੋ, ਫਿਰ ਰੈਲੀਆਂ ਸ਼ੁਰੂ ਹੋ ਜਾਂਦੀਆਂ, ਫਿਰ ਸਾਰਾ ਕੁਝ ਸ਼ੁਰੂ ਹੋ ਜਾਂਦਾ। ਅਤੇ ਗੱਲ ਜੇ ਉੱਥੇ ਕਰੀਏ ਤਾਂ ਪੰਜਾਬ ਦੀ, ਪੰਜਾਬ ਵਾਲੀ ਰਾਜਨੀਤੀ ਜਿਹੜੀ ਇਸ ਵਾਰ ਦਿੱਲੀ ਦੇ ਵਿੱਚ ਕੋਈ ਬਾਹਲੀ ਰੜਕੀ ਨਹੀਂ। ਕੈਪਟਨ ਸਾਹਿਬ ਵੀ ਕਹਿੰਦੇ ਗਏ ਸੀ ਉੱਥੇ ਪ੍ਰਚਾਰ ਕਰਨ ਕਾਂਗਰਸ ਦੇ ਹੱਕ ਦੇ ਵਿੱਚ, ਪਰ ਵਿੱਚੋਂ ਹੀ ਉਹਨਾਂ ਨੇ ਆਪਣੇ ਦੌਰਾ ਰੱਦ ਕਰ ਦਿੱਤਾ।
ਕਹਿੰਦੇ ਵੀ ਛੱਡ ਯਾਰ ਗੱਲ ਜੀ ਬਣਨੀ ਨਹੀਂ ਹੁਣ, ਉਹ ਗੱਲ ਰਹੀ ਨਹੀਂ, ਵਿੱਚੋਂ ਹੀ ਆਪਣੇ ਪ੍ਰੋਗਰਾਮ ਉਹਨਾਂ ਰੱਦ ਕਰ ਦਿੱਤੇ ਕਿਉਂਕਿ ਬਹੁਤ ਸਾਰੀ ਜਗ੍ਹਾ ਉਹ ਗਏ ਨੇ ਅਤੇ ਲੋਕਾਂ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਪਹਿਲਾਂ ਪੰਜਾਬ ਨੂੰ ਤਾਂ ਸਾਂਭ ਲਓ, ਦਿੱਲੀ ਨੂੰ ਸਾਂਭਣ ਆ ਗਏ ਹੋ। ਅਤੇ ਇਹ ਬਹੁਤ ਸਾਰੀਆਂ ਚੀਜ਼ਾਂ 'ਤੇ ਨਿਰਭਰ ਕਰਦਾ ਵੀ ਕੌਣ ਜਿੱਦਾਂ ਕੌਣ ਨਹੀਂ ਜਿੱਦਾਂ। ਬਹੁਤ ਸਾਰੇ ਲੋਕ ਅਜੇ ਵੀ, ਅਸੀਂ ਜਿੱਥੇ ਜਾਂਦੇ ਹਾਂ ਜੋ ਆਮ ਆਦਮੀ ਪਾਰਟੀ ਦੇ ਹਮਾਇਤੀ ਸਾਨੂੰ ਮਿਲਦੇ ਨੇ, ਉਹ ਕਹਿੰਦੇ ਨੇ ਜੀ ਵੀ ਦਿੱਲੀ ਦੇ ਵਿੱਚ ਜਿੱਤ ਜਾਊ ਕੇਜਰੀਵਾਲ, ਪਰ ਵੋਟਾਂ ਦੇ ਵਿੱਚ ਗੜਬੜ ਹੋਣ ਦੇ ਚਾਂਸ ਨੇ, ਮਸ਼ੀਨਾਂ ਦੇ ਵਿੱਚ ਗੜਬੜ ਹੋਣ ਦੇ ਚਾਂਸ ਨੇ। ਸੋ ਮਸ਼ੀਨਾਂ ਦੇ ਵਿੱਚ ਗੜਬੜ ਮੇਰਾ ਖਿਆਲ ਸ਼ਾਇਦ ਹੁੰਦੀ ਨਹੀਂ ਹੁੰਦੀ, ਇਹ ਤਾਂ ਪਤਾ ਨਹੀਂ, ਪਰ ਮੌਕਾ ਦੱਸੂਗਾ। ਪਰ ਵੋਟਾਂ ਦੀ ਅਗਰ ਗੱਲ ਕਰੀਏ ਤਾਂ ਵੋਟਾਂ ਵੇਲੇ ਇੱਕ ਵੱਖਰਾ ਮਾਹੌਲ ਹੁੰਦਾ ਪੰਜਾਬ ਦੇ ਵਿੱਚ, ਔਰ ਲੀਡਰਾਂ ਦਾ ਵੀ ਵੋਟਾਂ ਵੇਲੇ ਵੱਖਰਾ ਹੀ ਮਾਹੌਲ ਹੁੰਦਾ, ਵੱਖਰਾ ਗੱਲਬਾਤ ਕਰਨ ਦਾ ਤਰੀਕਾ ਹੁੰਦਾ। ਔਰ ਜਿਹੜੇ ਲੀਡਰ ਨੇ, ਹਾਲਾਂਕਿ ਕੇਜਰੀਵਾਲ ਨੂੰ ਮੈਂ ਖਾਨਦਾਨੀ ਲੀਡਰ ਨਹੀਂ ਮੰਨਦਾ, ਖਾਨਦਾਨੀ ਉਹ ਨਹੀਂ ਹੈਗਾ ਪੋਲੀਟੀਕਲ ਬੰਦਾ, ਜਾਂ ਉਹ ਵੀ ਖਾਨਦਾਨੀ ਪੋਲੀਟੀਕਲ ਨਹੀਂ ਹੈ। ਨਵਜੋਤ ਸਿੱਧੂ ਖਾਨਦਾਨੀ ਪੋਲੀਟੀਕਲ ਨਹੀਂ ਹੈ, ਭਗਵੰਤ ਮਾਨ ਖਾਨਦਾਨੀ ਪੋਲੀਟੀਕਲ ਨਹੀਂ ਹੈ, ਹੋਰ ਬਹੁਤ ਸਾਰੇ ਹੈਗੇ ਨੇ ਜਿਨ੍ਹਾਂ ਨੂੰ, ਈਵਨ ਇਮਰਾਨ ਖਾਨ ਦੀ ਗੱਲ ਕਰੀਏ ਤਾਂ ਉਹਨੇ ਵੀ ਅਗਰ ਦੋਸਤੀ ਦਾ ਹੱਥ ਵਧਾਇਆ ਤਾਂ ਉਹ ਪੋਲੀਟੀਕਲ ਨਹੀਂ ਕਰਕੇ, ਇਸੇ ਕਰਕੇ ਸ਼ਾਇਦ ਹੱਥ ਵਧਾਇਆ। ਜੇ ਪੋਲੀਟੀਕਲ ਨੂੰ ਪਤਾ ਨਹੀਂ ਕੀ ਹੁੰਦਾ ਵੀ ਜੇ ਮਿਲ ਗਏ ਆਪਸ ਦੇ ਵਿੱਚ, ਪਤਾ ਨਹੀਂ ਕੀ ਕਰ ਦੇਣਗੇ, ਸਾਨੂੰ ਨਾ ਕੁਛ ਨਾ ਕਰ ਦੇਣ। ਸੋ ਇਹ ਪੋਲੀਟੀਕਲ ਬੰਦੇ ਜਿਹੜੇ ਨੇ ਉਹਨਾਂ ਦਾ ਇਹੀ ਹੁੰਦਾ ਵੀ ਉਹ ਵੋਟਾਂ ਵੇਲੇ ਤਾਂ ਗਧੇ ਨੂੰ ਵੀ ਬਾਪ ਕਹਿ ਦਿੰਦੇ ਨੇ, ਗਧੇ ਦੇ ਵੀ ਜਾ ਕੇ ਪੈਰੀ ਹੱਥ ਲਾਉਣਗੇ ਵੀ ਗਧੇ ਨੇ ਕੀ ਪਤਾ ਕਿਹੜੇ ਵੇਲੇ ਕੰਮ ਆ ਜਾਣਾ, ਕੋਈ ਵੋਟਰ ਹੀ ਇਹਦੇ ਉੱਪਰ ਢੋ ਕੇ ਲਿਜਾਣਾ ਪੈਂਦਾ ਵੋਟਾਂ ਦੇ ਬੂਥ ਤੱਕ। ਅਤੇ ਇਹ ਵੋਟਾਂ ਜਿੱਤਣ ਤੋਂ ਬਾਅਦ ਜੇ ਤਾਂ ਹਾਰ ਗਏ ਫਿਰ ਤਾਂ ਮਾੜਾ ਮੋਟਾ ਚਲੋ ਸਾਹ ਸੂਹ ਲੈਂਦੇ ਰਹਿੰਦੇ, ਆਉਂਦੇ ਜਾਂਦੇ ਰਹਿੰਦੇ, ਭੁੱਗਾ ਭੁੱਗਾ ਤਾਂ ਗਾਂਹ ਵੋਟ ਪਾਉਣਗੇ। ਅਤੇ ਜੇ ਜਿੱਤ ਗਏ ਤਾਂ ਫਿਰ ਉਹ ਬਾਪ ਨੂੰ ਵੀ ਗਧਾ ਕਹਿਣ ਤੋਂ ਨਹੀਂ ਹਿਚਕਚਾਉਂਦੇ ਸਾਡੇ ਲੀਡਰ, ਖਾਸ ਤੌਰ 'ਤੇ ਪੰਜਾਬ ਦੇ। ਪੰਜਾਬ ਦੀ ਰਾਜਨੀਤੀ ਦਾ ਅਤੇ ਦਿੱਲੀ ਦੀ ਰਾਜਨੀਤੀ ਦਾ ਫਰਕ ਹੈ, ਕਾਫੀ ਫਰਕ ਹੈ। ਇਸ ਵਾਰ ਜਿਹੜੀ ਦਿੱਲੀ ਦੀ ਰਾਜਨੀਤੀ ਹੈ ਉਹ ਮਤਲਬ ਲੋਕ ਜਿਹੜੇ ਹੈਗੇ ਨੇ ਉਹ ਲੋਕ ਕਹਿੰਦੇ ਵੀ ਕੇਜਰੀਵਾਲ ਜਿੱਤੂਗਾ, ਕੇਜਰੀਵਾਲ ਜਿੱਤੂ, ਪਰ ਪਤਾ ਨਹੀਂ ਹੁਣ ਦੇਖੋ ਬਾਕੀ ਕੀ ਹੁੰਦਾ। ਪੰਜਾਬ ਵਾਲੇ ਦਿੱਲੀ ਨਹੀਂ ਗਏ, ਅਕਾਲੀ ਦਲ ਬਾਦਲ ਦੀ ਗੱਲ ਨਾਲ ਨਾਲ ਕਰ ਲੈਂਦੇ ਹਾਂ ਵੈਸੇ ਪੋਲੀਟੀਕਲ ਗੱਲ, ਇਦੋਂ ਪਹਿਲਾਂ ਵੋਟਾਂ ਜਵਾ ਮੁੱਦਾ ਦੇ ਵਿੱਚ ਵੀ ਪੋਲੀਟੀਕਲ ਗੱਲ ਚੱਲਦੀ ਸੀ, ਇੱਧਰਲੇ ਮੁਲਕਾਂ ਦੀ ਪੋਲੀਟਿਕਸ ਬਾਰੇ ਗੱਲਬਾਤ ਚੱਲਦੀ ਸੀ, ਔਰ ਕਾਫੀ ਵਧੀਆ ਹੁੰਗਾਰਾ ਤੁਹਾਡਾ ਆਇਆ। ਅਤੇ ਮੈਂ ਫਿਰ ਮੈਂ ਕਿਹਾ ਵੀ ਚਲੋ ਦਿੱਲੀ ਦੀ ਜੇ ਗੱਲ ਕਰਨੀ ਤਾਂ ਅੱਜ ਵੀਰਵਾਰ ਆ, ਵੋਟਾਂ ਦੀ ਗੱਲ ਅੱਜ ਹੀ ਹੋ ਸਕਦੀ ਹੈ, ਮੁੜ ਕੇ ਤਾਂ ਫਿਰ ਕੱਲ੍ਹ ਨੂੰ ਸ਼ੁੱਕਰਵਾਰ ਮੁੜ ਕੇ ਵੋਟਾਂ ਪੈਣੀਆਂ, ਰਿਜ਼ਲਟ ਰਿਜੂਟ ਆਉਣ, ਮੁੜ ਕੇ ਕਿਹਨੇ ਪੁੱਛਣਾ ਤੂੰ ਕੌਣ ਤਾਂ ਮੈਂ ਕੌਣ। ਸੋ ਤੁਹਾਡੀ ਪਸੰਦ ਦੇ ਕਰਕੇ ਇਹ ਮੈਂ ਰੱਖਿਆ ਵੀ ਤੁਸੀਂ ਦਿੱਲੀ ਬਾਰੇ ਗੱਲਬਾਤ ਕਰਨੀ ਚਾਹੁੰਦੇ ਹੋ, ਜਾਂ ਕੇਜਰੀਵਾਲ ਬਾਰੇ ਚਾਹੁੰਦੇ ਹੋ, ਬੀਜੇਪੀ ਬਾਰੇ ਗੱਲਬਾਤ ਚਾਹੁੰਦੇ ਹੋ, ਵੀ ਬੀਜੇਪੀ ਦਾ ਸਿੱਧਾ ਸਿੱਧਾ ਡਾਇਰੈਕਟ ਟਾਰਗੇਟ ਜਿਹੜਾ ਹੈਗਾ, ਡਾਇਰੈਕਟ ਟਾਰਗੇਟ ਹਿੰਦੂ ਵੋਟ, ਉਹਨਾਂ ਨੇ ਕੈਲਕੂਲੇਸ਼ਨ ਕੀਤੀ ਹੈ ਵੀ ਜੇ ਸਾਨੂੰ ਪੂਰੀ ਹਿੰਦੂ ਵੋਟ ਪੈ ਗਈ ਅਸੀਂ ਦਿੱਲੀ ਸਰਕਾਰ ਬਣਾ ਸਕਦੇ ਹਾਂ। ਏਜੰਸੀਆਂ ਇਹ ਕਹਿੰਦੀਆਂ ਕਿ 12% ਵੋਟ ਇਹੋ ਜਿਹੀ ਹੈਗੀ, ਹਜੇ 12% ਵੋਟ ਜਿਹੜੀ ਫਲੋਟਿੰਗ ਹੈ, ਹਵਾ ਦੇ ਵਿੱਚ ਉੱਡਦੀ ਫਿਰਦੀ ਹੈ, ਜਿਹੜੇ ਕਹਿੰਦੇ ਵੀ ਦੇਖਦੇ ਹਾਂ ਯਾਰ ਕਿਹਨੂੰ ਪਾਉਣੀ ਹੈ। ਹੁਣ ਜੋ ਅੱਧੇ 95 ਤਾਂ ਉਹ ਹੋਣਗੇ ਵੀ ਜਿਹਨਾਂ ਨੂੰ ਕੋਈ ਨਾ ਕੋਈ ਖਰਚਾ ਪਾਣੀ ਮਿਲ ਗਿਆ, ਜਾਂ ਜਿਹਨਾਂ ਨੂੰ ਕੋਈ ਲਾਲਚ ਮਿਲ ਗਿਆ, ਲਾਲਚ ਦੇ ਦਿੱਤਾ, ਲਾਲਚ ਉਹਨਾਂ ਨੂੰ ਲੈ ਲਿਆ, ਉਹ ਹੋਣਗੇ ਤਾਂ ਬਾਕੀ ਕੁਛ ਹੋਣਗੇ ਜਿਹਨਾਂ ਨੇ ਸੱਚੇ ਦਿਲੋਂ ਮਨ ਬਣਾਉਣਾ। ਪਰ ਸਵਾਲ ਆਪਣਾ ਇਹ ਹੈ ਜੀ, ਸ਼ਾਹੀਨ ਬਾਗ ਦੇ ਵਿੱਚ ਜਿਹੜਾ ਬਹੁਤ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਬੀਜੇਪੀ ਦਾ, ਕੀ ਉਹਦਾ ਨੁਕਸਾਨ ਕਰੂਗਾ, ਜਾਂ ਫਿਰ ਜਿਹੜਾ ਬੀਜੇਪੀ ਦਾ ਪੱਤਾ ਹੈਗਾ ਸਿੱਧਾ ਹਿੰਦੂ ਵੋਟਾਂ ਦਾ ਉਹ ਕਾਮਯਾਬ ਹੋ ਜਾਏਗਾ, ਜਾਂ ਫਿਰ ਕੇਜਰੀਵਾਲ ਦੇ ਕੀਤੇ ਹੋਏ ਕੰਮ ਹੈ ਉਹ ਕਾਮਯਾਬ ਹੋਣਗੇ। ਸਿੱਧਾ ਸਿੱਧਾ ਇਹ ਮੈਂ ਅੱਗੇ ਰੱਖਿਆ ਨਹੀਂ ਕਦੇ ਇੱਦਾਂ ਦਾ ਵਿਸ਼ਾ, ਅੱਜ ਚਲੋ ਰੱਖਦੇ ਹਾਂ ਵੀ ਜਿਹੜਾ ਉਹਦਾ ਵਿਰੋਧ ਹੋ ਰਿਹਾ ਮੋਦੀ ਦਾ ਬਹੁਤ ਵੱਡੇ ਪੱਧਰ 'ਤੇ, ਹਜ਼ਾਰਾਂ ਲੱਖਾਂ ਸਟੂਡੈਂਟ ਜਿਹੜੇ ਉੱਥੇ ਹੈਗੇ ਨੇ ਰੋਜ਼ ਫੜ ਲੈਂਦੇ ਨੇ, ਛੱਡ ਦਿੰਦੇ, ਹੁਣ ਕਹਿੰਦੇ ਵੀ ਜਿਹੜਾ ਮਾੜੀ ਮੋਟੀ ਤੜਫੜ ਕਰਦਾ ਉਹਦੀ ਗੋਲੀ ਮਾਰਦੇ, ਹੁਣ ਇਹ ਵੀ ਹੁਕਮ ਜਿਹੜੇ ਜਾਰੀ ਹੋ ਗਏ ਨੇ, ਇਹਨਾਂ ਦਾ ਕੀ ਅਸਰ ਰਹੇਗਾ ਤੁਹਾਡੇ ਹਿਸਾਬ ਨਾਲ ਜੀ ਦਿੱਲੀ ਦੀਆਂ ਵੋਟਾਂ 'ਤੇ? ਬਾਕੀ ਮੈਨੂੰ ਜਿੰਨੇ ਕੁ ਬੰਦੇ ਮਿਲੇ ਉਹ ਤਾਂ ਸੀਗੇ ਕੇਜਰੀਵਾਲ ਦੇ ਸਮਰਥਕ। ਭਗਵੰਤ ਮਾਨ ਦਾ ਚਲੋ ਮੇਰਾ ਹੈਗਾ, ਅਸੀਂ ਲੰਬਾ ਸਮਾਂ ਕੰਮ ਕਰਿਆ ਅਤੇ ਹਜੇ ਵੀ ਮੈਂ ਗੱਲਬਾਤ ਲਗਭਗ ਹੁੰਦੀ ਰਹਿੰਦੀ ਹੈ, ਘੰਟਾ ਘੰਟਾ ਦੋ ਦੋ ਘੰਟੇ ਪੋਲੀਟਿਕਸ ਅਤੇ ਰਾਜਨੀਤੀ ਬਾਰੇ। ਔਰ ਉਹਦਾ ਇਹ ਵਿਚਾਰ ਤਾਂ ਇਹੀ ਨੇ ਕਿ ਦਿੱਲੀ ਜਿੱਤਾਂਗੇ ਅਤੇ ਪੰਜਾਬ ਦਾ, ਪੰਜਾਬ ਵਾਲੇ ਪਾਸੇ ਜਿੱਤ ਦਾ ਰਾਹ ਖੋਲ੍ਹਾਂਗੇ, ਔਰ ਆਮ ਹਵਾ ਜਿਹੜੀ ਵੀ ਇਹ ਲੱਗਦੀ ਹੈ ਵੀ ਅਗਰ ਇਹ ਦਿੱਲੀ ਜਿੱਤ ਜਾਂਦੇ ਪੰਜਾਬ ਦੇ ਵਿੱਚ ਜ਼ਰੂਰ ਇਹਨਾਂ ਨੂੰ ਫਰਕ ਪੈਣਾ ਚਾਹੀਦਾ, ਕਿਉਂਕਿ ਉਹ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਸਿੱਧਾ ਸਿੱਧਾ ਭਗਵੰਤ ਮਾਨ ਨੂੰ ਕਰਨਗੇ ਵੀ ਭਗਵੰਤ ਮਾਨ ਹੈਗਾ ਮੁੱਖ ਮੰਤਰੀ ਦਾ ਕੈਂਡੀਡੇਟ, ਅਤੇ ਭਗਵੰਤ ਮਾਨ ਦਾ ਫਿਰ ਕਿੰਨਾ ਕੁ ਵਿਰੋਧ ਕਰਦੇ ਨੇ ਇਹਨਾਂ ਦੇ ਅੰਦਰੋਂ ਆਮ ਆਦਮੀ ਪਾਰਟੀ ਵਾਲੇ, ਅਤੇ ਕਿੰਨਾ ਕੁ ਬਾਹਰੋਂ ਹੁੰਦਾ ਫਿਰ ਉਹ ਬਾਅਦ ਦੇ ਵਿੱਚ ਪਤਾ ਲੱਗੂਗਾ। ਉਹ ਪੰਜਾਬ ਦੀ ਰਾਜਨੀਤੀ ਬਾਰੇ ਆਪਾਂ ਬਾਅਦ 'ਚ ਗੱਲ ਕਰਾਂਗੇ, ਅੱਜ ਦਿੱਲੀ ਬਾਰੇ ਤੁਹਾਡੇ ਕੀ ਵਿਚਾਰ ਨੇ ਵੀ ਕੀ ਮੋਦੀ ਸਾਹਿਬ ਦਾ ਹਿੰਦੂ ਪੱਤਾ ਜਿਹੜਾ ਉਹ ਕੰਮ ਆਊਗਾ, ਜਾਂ ਫਿਰ ਜਿਹੜਾ ਇੰਨਾ ਵਿਰੋਧ ਹੋ ਰਿਹਾ ਉਹ ਉਹਨਾਂ ਦੇ ਵਿਰੋਧ ਦੇ ਵਿੱਚ ਜਾਊਗਾ। ਮੇਰਾ ਖਿਆਲ ਹੈ ਵੀ ਤੁਸੀਂ ਜ਼ਰੂਰ ਖਬਰਾਂ ਦੇ ਵਿੱਚ ਦੇਖਦੇ ਰਹਿੰਦੇ ਹੋਵੋਗੇ ਜੋ ਵੀ ਕੁਛ ਹੋ ਰਿਹਾ ਦਿੱਲੀ ਦੀ ਰਾਜਨੀਤੀ ਬਾਰੇ, ਦਿੱਲੀ ਦੇ ਵਿੱਚ ਕੀ ਹੋ ਰਿਹਾ, ਦਿੱਲੀ ਦੇ ਵਿੱਚ ਆਪਣੇ ਦੋਸਤ ਮਿੱਤਰ ਵੀ ਹੋਣਗੇ ਉਹ ਵੀ ਗੱਲਬਾਤ ਕਰਨਗੇ।
ਪਰ ਲੀਡਰਾਂ ਦੀ ਜੇ ਗੱਲ ਕਰੀਏ ਤਾਂ ਥੋੜ੍ਹਾ ਬਹੁਤ ਮਤਲਬ ਲੀਡਰ ਦਾ ਨਾਮ ਹੀ ਦਿਮਾਗ ਦੇ ਵਿੱਚ ਆਉਂਦੇ ਸਾਰ ਹੀ ਅਜੀਬ ਜਿਹਾ ਕਿ ਭੂਤ ਜਿਹਾ ਦਿਮਾਗ 'ਚ ਆ ਜਾਂਦਾ। ਇਹਨਾਂ ਦੀ ਰੈਪੂਟੇਸ਼ਨ, ਇਹਨਾਂ ਦੀ ਇਮੇਜ ਇੰਨੀ ਮਾੜੀ ਬਣੀ ਹੈ ਕਿ ਮਤਲਬ ਸੱਚ ਵੀ ਬੋਲਦੇ ਹੁਣ ਐਂ ਲੱਗਦਾ ਵੀ ਨਹੀਂ ਯਾਰ ਇਹ ਝੂਠ ਬੋਲਦੇ ਆ। ਸੋ ਇਹ ਗੱਲਾਂ ਬਾਤਾਂ ਸਿਲਸਿਲਾ ਅੱਜ ਤੁਹਾਡੇ ਨਾਲ ਕਰਨਾ ਹੈ ਅਤੇ ਦਵਿੰਦਰ ਹੋਠੀ ਨੂੰ ਵੀ ਕੋਸ਼ਿਸ਼ ਕਰਾਂਗੇ ਫੋਨ 'ਤੇ ਲੈਣ ਦੀ। ਕਵਿਤਾ ਵਧੀਆ ਹੁੰਦੀ, ਉਹਨਾਂ ਦੀ ਗੱਲਬਾਤ ਵੀ ਵਧੀਆ ਕਰਦੇ ਨੇ, ਤੁਸੀਂ ਪਸੰਦ ਵੀ ਕਰਦੇ ਹੋ ਅਤੇ ਨਾਲ ਦੀ ਨਾਲ ਫਿਰ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਵੀ ਸ਼ੁਰੂ ਕਰਾਂਗੇ ਦਿੱਲੀ ਦੀਆਂ ਵੋਟਾਂ ਬਾਰੇ ਤੁਹਾਡੇ ਵਿਚਾਰ ਜਾਂ ਥੁਸ ਜਿਵੇਂ ਇਹਨਾਂ ਨੇ ਸਰਵੇ ਕੀਤਾ ਹੈ ਉਹਨਾਂ ਨੇ ਦੇਤੀਆਂ ਸੀਟਾਂ ਜਿੰਨੀਆਂ ਦੇਣੀਆਂ ਸੀ ਤੁਹਾਡੇ ਹਿਸਾਬ ਦੇ ਨਾਲ ਕਿੰਨੀਆਂ ਸੀਟਾਂ ਆ ਸਕਦੀਆਂ ਨਹੀਂ ਆ ਸਕਦੀਆਂ, ਕਿਹਨੂੰ ਆ ਸਕਦੀਆਂ, ਕਿਹਨੂੰ ਕੀ ਹੋ ਸਕਦਾ, ਉੱਪਰ ਥੱਲੇ ਸੱਜੇ ਖੱਬੇ, ਤਾਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ ਜੀ ਹਮੇਸ਼ਾ ਦੀ ਤਰ੍ਹਾਂ। ਫਿਲਹਾਲ ਬ੍ਰੇਕ ਲੈਂਦੇ ਹਾਂ, ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਅਤੇ ਪ੍ਰੋਗਰਾਮ ਲੈ ਕੇ ਨਾਲ ਨਾਲ ਤੁਹਾਡੀਆਂ ਕਾਲਾਂ ਸਿਲਸਿਲਾ ਵੀ ਸ਼ੁਰੂ ਕਰਾਂਗੇ, ਥੋੜ੍ਹੀ ਦੇਰ ਤੱਕ ਗੱਲ ਕਰੀਏ ਲੀਡਰਾਂ ਦੀ ਗੱਲ ਚੱਲਦੀ ਹੈ, ਵੋਟਾਂ ਦੀ ਗੱਲ ਚੱਲਦੀ ਹੈ, ਸਾਡਾ ਵੀ ਕਾਫੀ ਵਾਹ ਵਾਸਤਾ ਵਹਿਤ ਰਿਹਾ ਲੀਡਰਾਂ ਨਾਲ। ਹੁਣ ਤਾਂ ਖੁਦ ਭਗਵੰਤ ਮਾਨ ਲੀਡਰ ਬਣ ਗਏ ਨੇ, ਪਰ ਜਦੋਂ ਲੀਡਰ ਨਹੀਂ ਸੀਗੇ ਕਲਾਕਾਰ ਸੀਗੇ ਉਦੋਂ ਵੀ ਕਾਫੀ ਵਾਹ ਵਾਸਤਾ ਲੀਡਰਾਂ ਦੇ ਨੇੜੇ ਰਹਿਣ ਦਾ ਕਾਫੀ ਮੌਕਾ ਮਿਲਿਆ, ਸਾਰੀਆਂ ਪਾਰਟੀਆਂ ਲੀਡਰਾਂ ਦੇ ਅੰਦਰ ਦੀਆਂ ਗੱਲਾਂ ਕਈ ਬੜੀਆਂ ਪਤਾ ਲੱਗੀਆਂ ਉਹਦੇ, ਪਰ ਆਪਾਂ ਹੁਣ ਸਾਂਝੀਆਂ ਨਹੀਂ ਕਰਨੀਆਂ ਤੁਹਾਡੇ ਨਾਲ। ਤੁਸੀਂ ਗੱਲਾਂ ਆਪਾਂ ਦਿੱਲੀ ਦੀ ਗੱਲ ਅੱਜ ਕਰਦੇ ਹਾਂ, ਖਾਸ ਤੌਰ 'ਤੇ ਵੋਟਾਂ ਦੀ ਗੱਲ ਕਰਦੇ ਹਾਂ, ਜ਼ਰੂਰ ਮੈਂ ਚਾਹਾਂਗਾ ਤੁਹਾਡੇ ਵਿਚਾਰ ਜਾਣਨੇ ਵੀ ਇਹਦੇ 'ਚ ਕੀ ਹੋ ਸਕਦਾ ਦਿੱਲੀ ਦੇ ਵਿੱਚ, ਸਿੱਧਾ ਜਿਹੜਾ ਉਹਦਾ ਪੱਤਾ ਹੈਗਾ ਹਿੰਦੂ ਪੱਤਾ ਉਹ ਕੰਮ ਆ ਸਕਦਾ, ਜਾਂ ਜਿਹੜਾ ਵਿਰੋਧ ਹੋ ਰਿਹਾ CAA ਦੇ ਖਿਲਾਫ, ਸਿਟੀਜਨ ਅਮੈਂਡਮੈਂਟ ਬਿੱਲ ਜਿਹੜਾ ਬਣਾਇਆ, ਜਾਂ NRC ਦੇ ਖਿਲਾਫ, ਜਾਂ ਉਹ ਉਹਦੇ ਉਲਟ ਪੈ ਸਕਦਾ। ਕੇਜਰੀਵਾਲ ਦਾ ਜਿੱਥੇ ਖੜਾ ਖੜਾ ਹੈ, ਅਤੇ ਦਵਿੰਦਰ ਹੋਠੀ ਸਾਹਿਬ ਫੋਨ 'ਤੇ ਮੌਜੂਦ ਨੇ ਅਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਕਦੇ ਕਦੇ ਤਾਂ ਫੜ ਲਓ ਮਾਰ ਜਾਂਦੇ ਆ ਅਤੇ ਅੱਜ ਅੜਿੱਕੇ ਆ ਗਏ ਆ। ਹਾਂਜੀ ਹੋਠੀ ਸਾਹਿਬ ਸਵਾਗਤ ਹੈ। ਪਰ ਇਹ ਹੈ ਵੀ ਜਿੱਦਾਂ ਹੁਣ ਸਰਵੇ ਸੁਰਵੇ ਜਿਹੜੇ ਦੱਸਦੇ ਉਹ ਸਾਰੇ ਕੇਜਰੀਵਾਲ ਨੂੰ ਜਿਤਾਉਂਦੇ ਨੇ, ਮੈਂ ਅੱਜ 3 ਆਏ ਸੀ ਅੱਜ ਅਖਬਾਰ ਦੇ ਵਿੱਚ। ਹਾਂਜੀ ਤੇ ਦਵਿੰਦਰ ਮਾੜਾ ਹੋਲਡ ਰੱਖਣਾ ਪੈਣਾ ਵੀ ਯਾਰ ਕਾਲ ਆਪਾਂ ਕੱਟ ਜਾਂਦੀਆਂ ਮਾੜਾ ਇੱਕ, ਫਿਰ ਆਪਾਂ ਗੱਲਬਾਤ ਸ਼ੁਰੂ ਕਰਕੇ ਤੇ ਫਿਰ ਨਹੀਂ ਆਪਾਂ ਵਿੱਚੋਂ ਕੱਢਦੇ, ਫਿਰ ਨਹੀਂ ਮੰਨਦੇ। ਮੈਂ ਇੱਕ ਵਾਰੀ ਆ ਕਾਲਾਂ ਦੋ ਜਿਹੜੀਆਂ ਹੈਗੀਆਂ, ਚੱਲ ਹੁਣ ਨਹੀਂ, ਹੁਣ ਆਪਾਂ ਠੀਕ ਹੈ ਜੀ ਕੰਟੀਨਿਊ ਚੱਲਾਂਗੇ ਵਿਦਆਊਟ ਨੋ ਰੁਕਾਵਟ ਕੇ ਲਈ ਖੇਦ ਹੈ। ਠੀਕ ਹੈ। ਅੱਛਾ ਵੈਸੇ ਵੋਟਾਂ ਦੀ ਜੇ ਗੱਲ ਕਰੀਏ ਕਿ ਥੋੜ੍ਹਾ ਜਿਹਾ ਮਾਹੌਲ ਵੱਖਰਾ ਦਿੱਲੀ ਦੇ ਵਿੱਚ, ਕਿਵੇਂ ਦਿੱਲੀ ਦੇ ਵਿੱਚ ਬੀਜੇਪੀ ਨੇ ਇੱਕ ਤਾਂ CM ਦਾ ਕੈਂਡੀਡੇਟ ਨਹੀਂ ਡਿਕਲੇਅਰ ਕੀਤਾ। ਹਾਂਜੀ ਹਾਂਜੀ। ਸੈਕੰਡ ਸ਼ਾਹਰੁਖ ਖਾਨ ਨੂੰ ਉਹ ਡਾਊਨ ਫਿਲਮ ਦੇ ਵਿੱਚ 11 ਮੁਲਕਾਂ ਦੀ ਪੁਲਿਸ ਢੂੰਡਦੀ ਫਿਰਦੀ ਸੀ। ਹਾਂਜੀ। ਤੇ ਦਿੱਲੀ 11 ਸੂਬਿਆਂ ਦੇ ਮੁੱਖ ਮੰਤਰੀ ਬਿਠਾ ਰੱਖੇ ਨੇ ਕੇਜਰੀਵਾਲ ਦੇ ਖਿਲਾਫ, ਹਾਂ, ਤੇ ਅਮਿਤ ਸ਼ਾਹ ਖੁਦ ਕਮਾਨ ਸੰਭਾਲੀ ਹੋਈ ਹੈ ਵੀ ਇਹ ਵਾਕਈ ਉਹ ਬਹੁਤ ਜ਼ਿਆਦਾ ਡਰੇ ਹੋਏ ਨੇ। ਇਹ ਦੇਖੋ ਬਾਕੀ ਤਾਂ ਹੁਣ ਸਮਾਂ ਹੀ ਦੱਸੂਗਾ ਕੀ ਕਹਿੰਦੇ ਆ। ਅੱਛਾ ਚਲੋ ਇੱਕ ਗੱਲ ਹੋਰ ਦੱਸੋ, ਸਮਾਂ ਦੱਸੂਗਾ, ਚਲੋ ਉਹ ਆਪੋ ਆਪਣਾ ਦੋਨੇ ਜ਼ੋਰ ਲਾ ਰਹੇ ਆ, ਇੱਕ ਗੱਲ ਦਾ ਚਲੋ ਆਪਾਂ ਨੂੰ ਤਾਂ ਪਤਾ ਕੀ ਆ ਇਹਦੇ ਬਾਰੇ, ਜਿਹੜਾ EVM ਦਾ ਕੀ ਰੌਲਾ ਛੱਪਾ ਹੁੰਦਾ ਵੀ ਕਹਿੰਦੇ ਵੀ ਉਹ ਹੈਕ ਹੋ ਜਾਂਦੀ ਆ, ਤੇ ਕੀ ਉਹਦੇ ਬਾਰੇ ਆ EVM ਮਸ਼ੀਨਾਂ ਦੀ ਗੱਲ ਕਰ ਰਹੇ ਹੋ? ਹਾਂਜੀ ਹਾਂਜੀ ਹਾਂ EVM ਬਿਲਕੁਲ ਜੀ। ਪਿੱਛੇ ਜੇ ਤਾਂ ਇਹ ਰਿਵਾਜ ਬਣ ਗਿਆ ਸੀ ਵੀ ਜਿਹੜੀ ਪਾਰਟੀ ਹਾਰ ਜਾਂਦੀ ਹੈ ਉਹ ਕਹਿੰਦੇ ਜੀ EVM ਦੇ ਵਿੱਚ ਗੜਬੜ ਹੋਈ ਹੈ, ਪੰਜਾਬ ਦੇ ਵਿੱਚ ਜਦੋਂ ਹੁਣ ਆਮ ਆਦਮੀ ਪਾਰਟੀ ਹਾਰੀ ਆ ਤੇ ਬਾਹਲੇ ਲੋਕ ਕਹਿੰਦੇ ਸੀ ਵੀ EVM ਦੇ ਵਿੱਚ ਗੜਬੜ ਹੋਈ ਆ, ਤੇ ਮੈਂ ਉਦੋਂ ਭਗਵੰਤ ਨੂੰ ਪੁੱਛਿਆ ਵੀ EVM ਦੇ ਵਿੱਚ ਗੜਬੜ ਹੋਈ ਆ ਮਸ਼ੀਨਾਂ 'ਚ, ਉਹ ਕਹਿੰਦਾ ਇਹ ਵੋਟਾਂ ਵਾਲੀਆਂ ਮਸ਼ੀਨਾਂ 'ਚ ਨਹੀਂ ਗੜਬੜ ਹੋਈ, ਇਹ ਵੱਡੀਆਂ ਮਸ਼ੀਨਾਂ 'ਚ ਗੜਬੜ ਹੋਈ ਹੈ। ਜਿਵੇਂ ਕਿ ਵੱਡੀਆਂ ਮਸ਼ੀਨਾਂ ਇਹ ਕਿ ਦੋਨੇ ਵੱਡੀਆਂ ਪਾਰਟੀਆਂ ਜਿਹੜੀਆਂ ਉਹ ਆਪਸ ਦੇ ਵਿੱਚ ਰਲ ਗਈਆਂ, ਅਕਾਲੀ ਦਲ ਨੇ ਸ਼ਰੇਆਮ ਡਿਕਲੇਅਰ ਕਰਤਾ ਆਪਣੇ ਕੈਂਡੀਡੇਟਾਂ ਨੂੰ, ਆਪਣੇ ਵੋਟਰਾਂ ਨੂੰ ਵੀ ਜੇ ਆਪਾਂ ਕੈਂਡੀਡੇਟ ਨਹੀਂ ਜਿੱਦਾਂ ਦਿਸਦਾ ਆਮ ਆਦਮੀ ਪਾਰਟੀ ਵੋਟ ਨਾ ਪਾਇਓ ਤਾਂ ਕਾਂਗਰਸ ਨੂੰ ਪਾ ਦਿਓ, ਇਹ ਮਸ਼ੀਨਾਂ 'ਚ ਗੜਬੜ ਹੋਈ ਹੈ। ਅਤੇ ਹੁਣ ਵੀ ਮੇਰੀ ਗੱਲ ਹੋਈ ਸੀ ਆ ਤੁਹਾਡੀ ਗੱਲ ਜਿਵੇਂ ਚੱਲੀ ਹੈ ਕਿ ਦਿੱਲੀ ਦੇ ਵਿੱਚ ਵੀ, ਮੈਨੂੰ ਕਿਸੇ ਨੇ ਕਿਹਾ ਵੀ ਬਾਕੀ ਤਾਂ ਫਰੀਡਨੋ ਅਸੀਂ ਗਏ ਸੀ ਉੱਥੇ ਆਮ ਆਦਮੀ ਪਾਰਟੀ ਸਪੋਰਟਰ ਹੈ ਕਾਫੀ, ਅਤੇ ਉਹ ਕਹਿੰਦੇ ਵੀ ਦਿੱਲੀ ਦੇ ਵਿੱਚ ਯਾਰ ਜਿੱਤ ਤਾਂ ਉਹਨੇ ਜਾਣਾ ਹੈਗਾ ਕੇਜਰੀਵਾਲ ਨੇ, ਪਰ ਮਸ਼ੀਨਾਂ ਦੇ ਵਿੱਚ ਗੜਬੜ ਹੋ ਜਾਣੀ ਹੈ, ਵੱਡੀਆਂ ਚ ਕਿ ਛੋਟੀਆਂ ਚ? ਨਹੀਂ ਛੋਟੀਆਂ ਜਿਹੜੀਆਂ ਵੋਟਾਂ ਵਾਲੀਆਂ ਛੋਟੀਆਂ ਛੋਟੀ, ਠੀਕ ਆ। ਇੱਕ ਹੈਗਾ ਵੀ ਹੈ ਨਾ ਵੀਡੀਓ ਵੂਡੀਓ ਵਾਇਰਲ ਹੋਈ ਆ ਵੀ ਉਹ ਦਿਖਾਉਂਦੇ ਨੇ ਵੀ ਜਿਹੜਾ ਮਰਜ਼ੀ ਬਟਨ ਦਬਾਓ ਤਾਂ ਵੋਟ BJP ਨੂੰ ਜਾਂਦੀ ਆ। ਹਾਂਜੀ ਹਾਂਜੀ ਸ਼ੁਕਰ ਮਿਲਦੀ ਹੈ। ਉਹ ਮੈਂ ਸੇਮ ਸਵਾਲ ਪਿੱਛੇ ਜੇ ਦਿੱਲੀ ਵੋਟਾਂ ਦੇ ਡਿਕਲੇਅਰ ਹੋਣ ਤੋਂ ਬਾਅਦ ਮੈਂ ਭਗਵੰਤ ਮਾਨ ਉਹਨਾਂ ਨਾਲ ਗੱਲ ਹੋਈ ਸੀ, ਉਹਨਾਂ ਨੂੰ ਪੁੱਛਿਆ ਸੀ ਵੀ ਭਾਈ ਆਹ ਰੌਲਾ ਹੈ? ਹਾਂਜੀ। ਉਹ ਕਹਿੰਦਾ ਵੀ ਰੌਲਾ ਇਹ ਨਹੀਂ ਹੈ ਕਿ ਮਸ਼ੀਨ ਨੂੰ ਵੋਟ ਤੁਸੀਂ ਜਿਹਨੂੰ ਮਰਜ਼ੀ ਪਾਓ ਤਾਂ ਮਸ਼ੀਨ ਦੇ ਵਿੱਚ ਇੱਕੋ ਨੂੰ ਚੋਣ ਨਿਸ਼ਾਨ ਦਊਗੀ, ਇਹ ਤਾਂ ਨਹੀਂ ਹੈਗੀ ਗੱਲ ਬਿਲਕੁਲ ਹੀ।
ਠੀਕ ਹੈ। ਦੂਜੀ ਗੱਲ ਕਿ ਮਸ਼ੀਨਾਂ ਦੇ ਵਿੱਚ ਗੜਬੜ ਕਰਨਾ ਇਹ ਵੀ ਗੱਲ ਨਹੀਂ ਹੈਗੀ। ਠੀਕ ਮਸ਼ੀਨਾਂ ਦੇ ਆ ਵਿੱਚ ਅਗਰ ਗੜਬੜ ਹੋ ਸਕਦੀ ਹੈ, ਸਿੱਧੀ ਸਿੱਧੀ ਇਹ ਹੈ ਕਿ ਮਸ਼ੀਨ ਹੀ ਬਦਲ ਦਿੱਤੀ ਜਾਵੇ, ਅੱਛਾ ਮਸ਼ੀਨ ਹੀ ਚੱਕ ਕੇ ਦੂਜੀ ਰੱਖ ਦਿੱਤੀ ਮਸ਼ੀਨ ਚੱਕ ਜਾਵੇ, ਕਿਆ ਕੇ ਬਾਤ ਦੂਜੀਆਂ ਹੈ ਰੱਖ ਦੇਣ ਫਿਰ ਸਾਰੀਆਂ ਤਾਂ ਫਿਰ ਤਾਂ ਇਹ ਸੰਭਵ ਹੈਗਾ। ਅਤੇ ਮਸ਼ੀਨਾਂ ਉਹ ਕਹਿੰਦੇ ਵੀ ਅਸੀਂ ਰੱਖਣ ਨਹੀਂ ਦਿੰਦੇ, ਐਤਕੀ ਫਿਰ ਤਾਂ ਬਦਲ ਨਹੀਂ ਦਿੰਦੇ, ਅਸੀਂ ਇੰਨਾ ਜ਼ਿਆਦਾ ਜ਼ੋਰ ਲਾਇਆ ਦਿੱਲੀ ਤਾਂ ਉਹ ਕੰਮ ਕਰਨ ਨਹੀਂ ਦਿੰਦੇ। ਹੁਣ ਬਾਕੀ ਦੇਖੋ, ਮਤਲਬ ਊਂ ਜੇ ਕਹਿੰਦੇ ਅਸੀਂ EVM 'ਚ ਗੜਬੜੀ, ਉਹ ਨਹੀਂ ਹੁੰਦੀ। ਇਹ ਗੱਲ ਸਾਹਮਣੇ ਲਿਆਉਣ ਦਾ ਮਕਸਦ ਵੀ ਇਹੀ ਆ ਕਿ ਆਪਣੇ ਲੋਕ ਬਹੁਤ ਇਹ ਜ਼ੋਰ ਪਿਛਲੀ ਵਾਰ ਵੀ ਲੱਗਾ ਸੀ ਤਾਂ ਹੁਣ ਗਾਂਹ ਵੀ ਲੱਗਣਾ, ਤੇ ਤਾਂ ਇਹ ਪਤਾ ਲੱਗ ਗਿਆ ਵੀ ਦੇਖ ਲਓ ਭਾਈ ਹੁਣ ਖੁਦ ਲੀਡਰ ਵੀ ਕਹਿ ਰਹੇ ਆ, ਭਗਵੰਤ ਮਾਨ ਹੋਣੀ ਵੀ ਖੁਦ ਕਹਿ ਰਹੇ ਵੀ ਇਹ ਆਪਾਂ ਨਹੀਂ ਲਵਾਂਗੇ ਫੋਨ ਤੇ। ਮੇਰੀ ਕੋਸ਼ਿਸ਼ ਸੀਗੀ ਫੋਨ ਤੇ ਲੈਣ ਦੀ, ਉਹ ਬਿਜ਼ੀ ਚੱਲ ਰਹੇ ਸੀ ਕਾਫੀ, ਮੈਂ ਕਿਹਾ ਫੋਨ ਤੇ ਗੱਲਬਾਤ ਲੈ ਕੇ ਦਿੱਲੀ ਦੀ ਗੱਲਬਾਤ ਕਰ ਲੈਂਦੇ। ਕੱਲ ਨੂੰ ਹਾਂਜੀ ਦੇਖਦੇ, ਕੱਲ ਹਾਂਜੀ ਨੂੰ ਪ੍ਰੋਗਰਾਮ 'ਚ ਮੈਂ ਕੋਸ਼ਿਸ਼ ਕਰਦਾ। ਤੇ ਹੋਰ ਜੀ ਠੀਕ ਹੈ, ਹੋਰ ਤੁਹਾਡੇ ਕੀ ਵਿਚਾਰ ਨੇ, ਆਪ ਜੀ ਦੇ ਖੁਦ ਵਿਚਾਰ ਕੀ ਨੇ? ਮੈਂ ਪਰਸਨਲੀ ਤੁਸੀਂ ਪੁੱਛਿਆ, ਹੋਰ ਮੈਂ ਵੀ ਪਰਸਨਲੀ ਉੱਤਰ ਦੇਣ ਲੱਗ ਪਿਆ, ਹੋਰ ਠੀਕ ਆ, ਹੋਰ ਤਾਂ ਠੀਕ ਆ, ਧੱਕੇ ਨਾਲ ਮੂੰਹ ਨਿਕਲ ਜਾਂਦਾ, ਧੱਕੇ ਨਾਲ ਹੀ ਮੂੰਹ ਨਿਕਲ ਜਾਂਦਾ ਪੁੱਛੇ ਹੋਰ ਫਿਰ। ਇੱਕ ਨਾ ਜਦੋਂ ਗੱਲਾਂ ਗੱਲਾਂ ਮੁੱਕ ਜਾਂਦੀਆਂ ਵੀ, ਉਦੋਂ ਬੰਦਾ ਕਹਿੰਦਾ ਅੱਛਾ ਹੋਰ ਫੇ, ਹੋਰ ਫੇ, ਹਾਂਜੀ ਉਹ ਹੋਰ ਸੁਣਾਓ, ਧੱਕੇ ਨਾਲ ਮੂੰਹ ਨਿਕਲ ਜਾਂਦਾ, ਵਧੀਆ ਹੋਰ ਫੇ, ਅਗਲਾ ਕਹਿੰਦਾ ਉਹ ਵੀ ਠੀਕ ਹੈ। ਅੱਛਾ ਚਲੋ ਆਪਾਂ ਕਵਿਤਾ ਵਾਲੇ ਪਾਸੇ ਚੱਲੀਏ ਫਿਰ, ਆਪਾਂ ਹੋਰ ਫੇ ਕਰਨ ਨਾਲ। ਹਾਂਜੀ ਨਾਲੇ ਤੁਹਾਡਾ ਨਾਲੇ ਕਵਿਤਾ ਨਾਲੇ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹੋ ਦਿੱਲੀ ਵਿੱਚ। ਕਵਿਤਾ ਮੈਂ ਉੱਥੇ ਕਰਨ ਲੱਗਾ ਵੀ ਜਿਹੜਾ ਦਿੱਲੀ ਦੇ ਵਿੱਚ ਨਾ, ਦੇਖੋ ਜਿੱਦਾਂ ਕੇਜਰੀਵਾਲ ਨੇ ਜ਼ੋਰ ਲਾਇਆ ਵੀ ਮੇਰਾ ਕੰਮ ਬੋਲਦਾ, ਤੇ ਮੈਂ ਕੰਮ ਕੀਤਾ ਉਹਦੇ ਸਿਰ ਤੇ ਲੈਣੀ ਆ। ਤੇ ਬੀਜੇਪੀ ਦਾ ਆਪਾਂ ਨੂੰ ਪਤਾ ਵੀ ਹਿੰਦੂ ਦਾ ਪੱਤਾ ਖੇਲਦੀ ਹੈ, ਜਾਂ ਉਹ ਕਹਿ ਰਹੇ ਵੀ ਅਸੀਂ ਦੇਸ਼ ਭਗਤ ਹਾਂ, ਵੀ ਭਾਰਤ ਮਾਤਾ ਦੀ ਜੈ, ਉਹਨਾਂ ਦਾ ਆਪਣਾ ਇੱਕ ਤਰੀਕਾ, ਉਹਨਾਂ ਦਾ ਆਪਣਾ ਤਰੀਕਾ, ਕੇਜਰੀਵਾਲ ਦਾ ਆਪਣਾ ਤਰੀਕਾ, ਕਾਂਗਰਸ ਵਿੱਚ ਉਹ ਵੀ ਡੰਡਾ ਲਾਉਂਦੀ। ਉਹ ਕੈਪਟਨ ਸਾਹਿਬ ਨੇ ਪਿੱਛੇ ਜਿਹਾ ਫੇਸਬੁੱਕ ਤੇ ਪੜਿਆ, ਪਤਾ ਨੀ ਖਰੇ ਉਦੋਂ ਹੀ ਸ਼ੋਸ਼ਾ ਛੱਡ ਦਿੱਤਾ ਕਿਸੇ ਨੇ, ਉਹ ਕਹਿੰਦਾ ਵੀ ਉੱਥੇ ਮੈਂ ਸਮਾਰਟ ਸਕੂਲ ਖੋਲ ਤੇ ਪੰਜਾਬ 'ਚ ਕਰੇ, ਕਹਿੰਦਾ ਸੀ ਨਾ ਕੁਛ ਏਦਾਂ ਦਾ ਪੜਿਆ ਮੈਂ ਥੋੜੇ ਦਿਨ ਪਹਿਲਾਂ, ਉਹ ਪਤਾ ਨੀ ਕੀ ਹੈ। ਚਲੋ ਆਪੋ ਆਪਣੇ ਜ਼ੋਰ ਲਾ ਰਿਹਾ, ਖੈਰ ਆਪਾਂ ਗੱਲ ਕਰਦੇ ਹਾਂ ਸਮਾਰਟ ਸਕੂਲ ਨੇ ਸਮਾਰਟ ਫੋਨ ਕਹਿੰਦਾ ਵੰਡੇ ਵੰਡੇ ਨਹੀਂ ਹੈ 26 ਜਨਵਰੀ ਨੂੰ ਵੰਡੇ ਨਹੀਂ ਵੰਡੇ ਨਹੀਂ ਸਕੂਲ ਸਕੂਲਾਂ ਦਾ ਪਾਇਆ ਤੇ ਸ਼ੋਸ਼ਾ ਸਕੂਲਾਂ ਦਾ ਛੱਡਦਾ ਕਿਸੇ ਨੇ ਵੀ ਸਮਾਰਟ ਸਕੂਲ, ਤੇ ਉਹ ਕਹਿੰਦੇ ਵੀ ਕਿੱਥੇ ਖੋਲੇ ਆ ਲੋਕੀ ਪੁੱਛਦੇ, ਲੋਕੀ ਟਿੱਚਰਾਂ ਕਰਕੇ ਥੱਲੇ ਕਾਫੀ ਕਮੈਂਟ ਆ। ਇਹ ਕਹਿੰਦੇ ਇੱਥੇ ਤੱਕ ਲਿਖਤਾ, ਉਹ ਕਹਿੰਦਾ ਪਾਕਿਸਤਾਨ ਵਾਲੇ ਜੀ ਕੋਰਟ ਤੇ ਸਾਨੂੰ ਦੱਸ ਦਿਓ, ਸਾਡੇ ਪੰਜਾਬ 'ਚ ਤਾਂ ਹੈ ਨਹੀਂ। ਅੱਛਾ ਇੱਕ ਦੇਖੋ, ਇਹ ਨਾ ਸਕੂਲਾਂ ਦੇ ਹੰਸਰਾਜ ਹੰਸ ਸਾਹਿਬ ਵੀ ਆਪਣੇ ਜੋਗੇ ਰਾਜ ਗਾਇਕ ਨੇ, ਦੋ ਵਾਰ ਗਾਇਕ ਬਣਦਾ ਹੰਸਰਾਜ ਹੰਸ ਰਾਜ ਗਾਇਕ। ਅੱਛਾ ਉਹ ਵੀ ਸਕੂਲਾਂ ਦੀ ਵੀਡੀਓ ਬਣਾ ਕੇ ਦਿੱਲੀ ਦੀ ਉਹਨਾਂ ਨੇ ਵੀ ਪਾਈ ਸੀ ਆਪਦੇ ਅਕਾਊਂਟ ਦੇ ਉੱਪਰ, ਅਤੇ ਉਹ ਮਾੜਾ ਜਿਹਾ ਹੋਲਡ ਰੱਖਿਓ, ਦਿੱਲੀ ਦੇ ਮਤਲਬ ਵੀਡੀਓ ਪਾਈਆਂ ਸੀਗੀਆਂ ਸਕੂਲਾਂ ਦੀਆਂ ਵੀਡੀਓ ਪਾਈਆਂ ਸੀਗੀਆਂ ਉਹਨਾਂ ਨੇ। ਹਾਂ ਦਵਿੰਦਰ ਜੀ ਅੱਛਾ ਹੈਗਾ। ਅੱਛਾ ਦਵਿੰਦਰ ਸਕੂਲਾਂ ਦੀਆਂ ਵੀਡੀਓ ਪਾਈਆਂ ਸੀ, ਅਤੇ ਬਾਅਦ ਦੇ ਵਿੱਚ ਨਾਲ ਦੀ ਨਾਲ ਹੀ ਉਹਨਾਂ ਨੇ ਆਪਦੀਆਂ ਨਾਲ ਦਿਖਾ ਕੇ ਵੀ ਆਹ ਤੁਸੀਂ ਇੰਨੇ ਸਾਲ ਦੀ ਵੀਡੀਓ ਬਣਾਈ ਹੈ ਉਹ ਦਿਖਾ ਰਹੇ ਹੋ। ਸੋ ਇੱਦਾਂ ਚੱਲੀ ਜਾਂਦਾ ਜੋ ਵੋਟਾਂ ਦੇ ਵਿੱਚ ਚੱਲਦਾ ਹੁੰਦਾ। ਪਰ ਇੱਕ ਗੱਲ ਜਿਹੜੀ ਬਹੁਤ ਮਾੜੀ ਹੈ ਪੰਜਾਬ ਦੀ ਵੀ ਅਤੇ ਭਾਰਤ ਦੀ ਵੀ, ਰਾਜਨੀਤੀ ਦਾ ਪੱਧਰ ਬਹੁਤ ਗਿਰ ਗਿਆ। ਚਲੋ ਆਪਾਂ ਕਵਿਤਾ ਵਾਲੇ ਪਾਸੇ ਚੱਲੀਏ, ਲਾਈਨਾਂ ਵੀ ਸਾਰੀਆਂ ਤਕਰੀਬਨ ਫਲੈਸ਼ ਕਰ ਰਹੀਆਂ ਨੇ। ਆਪੋ ਆਪਣੇ ਤਰੀਕੇ ਨਾਲ ਲੜ ਰਹੇ ਆ, ਕਹਿੰਦੇ ਵੀ ਦਿੱਲੀ ਵਿੱਚ ਵੋਟਾਂ ਹੁਣ ਪਾਉਣੀਆਂ ਆ ਲੋਕਾਂ, ਦਿੱਲੀ ਵਿੱਚ ਵੋਟਾਂ ਹੁਣ ਪਾਉਣੀਆਂ ਆ ਲੋਕਾਂ, ਖਰੇ ਕੌਣ ਜਿੱਤੂ ਮੈਂ ਵੀ ਬੈਠਾ ਸੋਚਾਂ, ਮੇਰਾ ਸੋਚ ਸੋਚ ਕਦੇ ਕਦੇ ਮਨ ਡੋਲਦਾ, ਕਿਉਂਕਿ ਇੱਕ ਜਣਾ ਬੋਲੇ ਭਾਰਤ ਮਾਤਾ ਦੀ ਜੈ, ਤੇ ਦੂਜਾ ਜਣਾ ਕਹਿੰਦਾ ਮੇਰਾ ਕੰਮ ਬੋਲਦਾ, ਦੂਜਾ ਜਣਾ ਕਹਿੰਦਾ ਮੇਰਾ ਕੰਮ ਬੋਲਦਾ। ਇੱਕ ਕਹਿੰਦਾ ਜਿੱਤਣਾ ਮੈਂ ਆਪਣੇ ਹੀ ਦਮ ਤੇ, ਤੇ ਦੂਜਾ ਸੋਚੇ EVM ਕਦੋਂ ਕੰਮ ਆਊਗੀ, ਇੱਕ ਕਹਿੰਦਾ ਇੱਕ ਫੁੱਟ, ਹਾਂਜੀ ਉਹ ਹਜੇ ਆਪਾਂ ਭਾਵਾਂ ਕਲੀਅਰ ਵੀ ਕਰਤਾ ਪਰ ਸ਼ੁਕਰ ਮੇਲਾ, ਇੱਕ ਸੋਚ ਜਿੱਤਣਾ ਮੈਂ ਆਪਣੇ ਹੀ ਦਮ ਤੇ, ਤੇ ਦੂਜਾ ਕਹਿੰਦਾ EVM ਕਦੋਂ ਕੰਮ ਆਊਗੀ, ਇੱਕ ਕਹਿੰਦਾ ਚੱਲਣਾ ਮੇਰਾ ਹੀ ਤੇ ਜਾਦੂ, ਤੇ ਦੂਜਾ ਕਹਿੰਦਾ ਜਾਦੂ ਤਾਂ ਮਸ਼ੀਨ ਹੀ ਦਿਖਾਊਗੀ, ਕਹਿੰਦਾ ਦੂਜਾ ਕਹਿੰਦਾ ਜਾਦੂ ਤਾਂ ਮਸ਼ੀਨ ਹੀ ਦਿਖਾਊਗੀ, ਖਾ ਪੀ ਕੇ ਇੱਥੇ ਸਾਰੇ ਮਾਰਦੇ ਧਿਕਾਰ, ਕੀਤਿਆਂ ਨੂੰ ਕਿਹੜਾ ਇੱਥੇ ਪੂਰਾ ਪੂਰਾ ਤੋਲਦਾ, ਇੱਕ ਜਣਾ ਕਹਿੰਦਾ ਭਾਰਤ ਮਾਤਾ ਦੀ ਜੈ, ਤੇ ਦੂਜਾ ਜਣਾ ਕਹਿੰਦਾ ਮੇਰਾ ਕੰਮ ਬੋਲਦਾ, ਇੱਕ ਕਹੇ ਪਾਣੀ ਬੱਤੀ ਸਾਰਾ ਕੁਝ ਸਸਤਾ, ਤੇ ਦੂਜਾ ਕਹੇ ਇਹੋ ਜਿਹਾ ਕੁਝ ਵੀ ਤੇ ਹੈ ਨਹੀਂ, ਇੱਕ ਕਹੇ ਪਾਣੀ ਬੱਤੀ ਸਾਰਾ ਕੁਝ ਸਸਤਾ, ਤੇ ਦੂਜਾ ਕਹੇ ਇਹੋ ਜਿਹਾ ਕੁਝ ਵੀ ਤੇ ਹੈ ਨਹੀਂ, ਇੱਕ ਕਹੇ ਦਵਾਈ ਤੇ ਇਲਾਜ ਸਭ ਮੁਫਤੀ, ਤੇ ਦੂਜਾ ਕਹੇ ਇਹੋ ਜਿਹੀ ਕੋਈ ਵੀ ਤੇ ਸ਼ੈ ਨਹੀਂ, ਇੱਕ ਕਹੇ ਖੋਲ ਤੇ ਮੈਂ ਵਧੀਆ ਸਕੂਲ, ਤੇ ਤੀਜਾ ਵਿੱਚ ਤੀਜਾ ਵੀ ਬੋਲ ਪਿਆ ਦੂਜੇ ਤੋਂ ਛਾਲ ਮਾਰ ਕੇ, ਤੀਜਾ ਵੀ ਇੱਕ ਕਹਿੰਦਾ ਖੋਲ ਤੇ ਮੈਂ ਵਧੀਆ ਸਕੂਲ, ਤੇ ਤੀਜਾ ਕਹੇ ਸਾਡੇ ਬਿਨਾਂ ਕੋਈ ਵੀ ਨੀ ਖੋਲਦਾ, ਇੱਕ ਬੋਲੇ ਇੱਕ ਜਣਾ ਬੋਲੇ ਭਾਰਤ ਮਾਤਾ ਦੀ ਜੈ, ਦੂਜਾ ਜਣਾ ਕਹਿੰਦਾ ਮੇਰਾ ਕੰਮ ਬੋਲਦਾ, ਆਖਰੀ ਸ਼ੇਰ ਆ, ਚਲੋ ਜਿਹਨੇ ਜਿਹਨੇ ਪਾਉਣੀ ਉਹ ਪਾ ਦੇਵੋ ਭਰਾਵੋ,
ਜਿਹਨੇ ਜਿਹਨੂੰ ਪਾਉਣੀ ਉਹ ਪਾ ਦੇਵੋ ਭਰਾਵੋ, ਅਸੀਂ ਭਲਾ ਇਹਦੇ ਵਿੱਚੋਂ ਲੈਣਾ ਦੱਸ ਕੀ ਆ। ਪਰ ਇੱਕ ਗੱਲ ਸੁਣਨੇ ਨੂੰ ਕਈਆਂ ਕੋਲੋਂ ਮਿਲੀ ਆ ਤੇ ਦਿੱਲੀ ਵਿੱਚ ਕਈ ਚੀਜ਼ਾਂ ਸੱਚੀ ਹੀ ਫਰੀ ਆ। ਸਮੇਂ ਸਮੇਂ ਉੱਤੇ ਸਾਨੂੰ ਜੋ ਵੀ ਪਤਾ ਲੱਗੂ, ਇੱਕ ਇੱਕ ਪਰਤ ਨੂੰ ਹੋਠੀ ਰਹੂਗਾ ਖੋਲਦਾ। ਇੱਕ ਜਣਾ ਬੋਲੇ ਭਾਰਤ ਮਾਤਾ ਦੀ ਜੈ ਤੇ ਦੂਜਾ ਜਣਾ ਕਹਿੰਦਾ ਮੇਰਾ ਕੰਮ ਬੋਲਦਾ, ਦੂਜਾ ਜਣਾ ਕਹਿੰਦਾ ਮੇਰਾ ਕੰਮ ਬੋਲਦਾ। ਵਧੀਆ ਦਵਿੰਦਰ ਵਧੀਆ। ਪਿੱਛੇ ਕੀ ਤੁਹਾਡੀ ਫੋਨ ਦੇ ਵਿੱਚ ਆਵਾਜ਼ ਕਾਹਦੀ ਆ ਰਹੀ ਸੀ, ਕੁੱਤਾ ਭੌਂਕਦਾ ਕਿਤੇ? ਮਤਲਬ ਅਵਾਰਾ ਨੀ ਹੈਗੇ ਕੁੱਤੇ ਪੜ੍ਹੇ ਲਿਖੇ, ਪਰ ਅਵਾਰਾ ਨਾ ਵਰਗੀਆਂ ਹਰਕਤਾਂ ਉਹਨਾਂ ਦੀਆਂ ਇੱਥੇ ਹੈਗੀਆਂ ਕਈ ਕੁੱਤਿਆਂ ਦੀਆਂ ਆਣ ਗਵਾਂਢ। ਨਹੀਂ ਨਹੀਂ ਮੈਨੂੰ ਉੱਦਾਂ ਆਵਾਜ਼ ਹੀ ਆਈ ਸੀ ਪਿੱਛੇ, ਮੈਂ ਕਿਹਾ ਫੋਨ 'ਤੇ ਵੀ ਸ਼ਾਇਦ ਹੋ ਸਕਦਾ ਥੱਲੇ ਬਾਹਰ ਕਿਤੇ ਘੁੰਮਦਾ ਘੁੰਮਦਾ ਹੋਵੇ, ਈਵਨਿੰਗ ਵਾਕ ਕਰਨ ਆਇਆ ਹੋਵੇ। ਚਲੋ ਦਵਿੰਦਰ, 6 ਮਾਰਚ ਦਾ ਆਪਣਾ ਫਿਰ ਹੈਗੇ ਗ੍ਰੈਂਡ ਓਪਨਿੰਗ। ਹਾਂਜੀ ਹਾਂਜੀ, ਵਾਹਿਗੁਰੂ ਨੂੰ ਸੁੱਖ ਰੱਖੇ। ਜਿਹੜੇ ਲਾਗੇ ਛਾਗੇ ਹੋਰ ਆਪਣੇ ਦਰਸ਼ਕ ਆ, ਦੱਸੋ ਜੱਜਮੈਂਟ ਤੇਲ ਨਾਲ ਕਿੱਥੇ ਕਿੰਨੇ ਤੋਂ ਕਿੰਨੇ ਦੇ ਕੀ ਪ੍ਰੋਗਰਾਮ ਆ? ਨਹੀਂ ਉਹ ਆਪਾਂ ਜੇ ਟਾਈਮ ਹੈਗਾ ਆਪਾਂ ਕਹਿੰਦੇ ਵਾਹਿਗੁਰੂ ਸੁੱਖ ਰੱਖੇ, ਵਾਹਿਗੁਰੂ ਭਲੀ ਕਰੇ, ਕਿਰਪਾ ਕਰੇ ਤੇ ਪੰਜਾਬੀਆਂ ਦਾ ਆਸ਼ੀਰਵਾਦ ਹੋਏ ਰਵੇ ਨਾਲ ਤੇ ਬੱਲੇ। ਹਾਂਜੀ ਚਲੋ, ਮਿਹਰਬਾਨੀ ਤੁਹਾਡੀ ਬਹੁਤ ਬਹੁਤ, ਥੈਂਕ ਯੂ ਭਾਜੀ ਜੀ। ਬ੍ਰੇਕ ਤੋਂ ਬਾਅਦ ਫਿਰ ਆਪਾਂ ਕਾਲਾਂ ਵਾਲੇ ਪਾਸੇ ਚੱਲਾਂਗੇ ਤੇ ਕਾਲਾਂ ਦੇ ਵਿੱਚ ਆਪਾਂ ਹੁਣ ਗੱਲਬਾਤ ਦਿੱਲੀ ਦੀਆਂ ਵੋਟਾਂ ਦੀ ਚੱਲਦੀ ਹੈ, ਤੁਹਾਡੇ ਕੀ ਵਿਚਾਰ ਨੇ ਇਹਦੇ ਬਾਰੇ, ਆਪਾਂ ਆਮ ਨੋਰਮਲ ਜਿਹੀਆਂ ਗੱਲਾਂ ਬਾਤਾਂ ਕਰਨੀਆਂ ਹੈਗੀਆਂ। ਬਾਕੀ ਵਿਚਾਰ ਤਕਰੀਬਨ ਅਗਰ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਬਾਹਰਲੇ ਮੁਲਕਾਂ ਦੇ ਵਿਚਾਰ ਤਕਰੀਬਨ ਇੱਕ ਤਰਫਾ ਨੇ। ਬੜੀ ਸਪੋਰਟ ਕੀਤੀ ਉਹਨਾਂ ਨੇ, ਬੜੀ ਸਪੋਰਟ ਕੀਤੀ ਪਹਿਲਾਂ ਮਨਪ੍ਰੀਤ ਨੂੰ ਕੀਤੀ, ਫਿਰ ਆਮ ਆਦਮੀ ਪਾਰਟੀ ਨੂੰ ਕੀਤੀ ਵੀ ਸ਼ਾਇਦ ਪੰਜਾਬ ਦਾ ਕੁਛ ਬਣ ਜਾਵੇ। ਪਰ ਦੇਖੋ ਬਣਨਾ ਬਣਾਉਣਾ ਉੱਥੇ ਕੁਛ ਰੱਬ ਦੇ ਹੱਥ ਹੈ ਅਤੇ ਕੁਛ ਖੁਦ ਦੇ ਹੱਥ ਹੈਗਾ। ਜੇ ਅਸੀਂ ਗੱਲ ਕਰੀਏ ਹੁਣ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਨੂੰ, ਕਿਉਂਕਿ ਕਾਂਗਰਸ ਜਿੱਤੀ ਨਹੀਂ, ਜਿੱਤੀ ਨਹੀਂ, ਜਿੱਤੂ ਕਾਹਦੇ ਸਿਰ 'ਤੇ? ਲੀਡਰ ਹੀ ਕੋਈ ਨਹੀਂ ਹੈਗਾ ਉੱਥੇ ਸੈਂਟਰ ਦੇ ਵਿੱਚ। ਰਾਹੁਲ ਗਾਂਧੀ ਦੀ ਪੱਪੂ ਤੋਂ ਉੱਪਰ ਉਹ ਇਮੇਜ ਨਹੀਂ ਬਣ ਦਿੱਤੀ, ਕਿਵੇਂ ਜਿੱਤੂਗੇ? ਹੁਣ ਬੀਜੇਪੀ ਕੈਂਡੀਡੇਟ ਕਿਹੜਾ ਖੜ੍ਹਾ ਕਰਦੀ ਆ ਸੀਐਮ ਵਾਸਤੇ, ਤਾਂ ਉਹਦੇ ਡਿਪੈਂਡ ਕਰਦਾ ਹੈ। ਕੇਜਰੀਵਾਲ ਨੇ ਪ੍ਰੂਵ ਕੀਤਾ ਉਹਨੇ ਕਰਨਾ ਹਜੇ। ਚਲੋ ਇਹ ਵੋਟਾਂ ਦਾ ਸਿਲਸਿਲਾ, ਵੋਟਾਂ ਦੇ ਵਿੱਚ ਸਾਰਾ ਕੁਛ ਚੱਲਦਾ ਰਹਿੰਦਾ ਹੁੰਦਾ, ਪਰ ਆਪਣਾ ਫਰਜ਼ ਬਣਦਾ ਵੀ ਅਸੀਂ ਵੀ ਜ਼ਰੂਰ ਇਨਵੋਲਵ ਹੋਈਏ, ਥੋੜ੍ਹੀ ਬਹੁਤ ਗੱਲਬਾਤ ਜ਼ਰੂਰ ਕਰੀਏ ਤਾਂ ਕਿ ਕੁਛ ਨਾ ਕੁਛ ਚੰਗੀ ਗੱਲ ਜਿਹੜੀ ਹੈ ਵਿੱਚੋਂ ਨਿਕਲਦੀ ਹੈ, ਕੁਛ ਨਾ ਕੁਛ ਗੱਲਾਂ ਦੇ ਵਿੱਚੋਂ ਪਤਾ ਲੱਗਦਾ, ਨਵੀਂ ਗੱਲ ਪਤਾ ਲੱਗਦੀ ਹੈ, ਕੀ ਹੁਣ ਹੋ ਰਿਹਾ ਜਾਂ ਕੀ ਹੋਣ ਜਾ ਰਿਹਾ ਉਹ ਪਤਾ ਲੱਗਦਾ ਹੈ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਆ ਜੀ, ਦਾ ਸਮਾਂ ਹੈਗਾ ਤੁਹਾਡੀਆਂ ਕਾਲਾਂ ਲੈਣ ਦਾ। ਲੀਡਰਾਂ ਦੀਆਂ ਗੱਲਾਂ ਤਾਂ ਵੈਸੇ ਵਿੱਚ ਬਹੁਤ ਚੇਤੇ ਆਈ ਜਾਂਦੀਆਂ ਵੀ ਕਿਸ ਹੱਦ ਤੱਕ ਸਾਡੇ ਲੀਡਰ ਅਨਪੜ੍ਹ ਨੇ, ਕਿਸ ਹੱਦ ਤੱਕ ਉਹਨਾਂ ਨੂੰ ਅਕਲ ਨਹੀਂ ਹੈਗੀ। ਇੱਕ ਦੱਸਦੇ ਕੋਈ ਲੀਡਰ ਜਦੋਂ ਕਿਸੇ ਦੇ ਕੋਈ ਡੈਥ ਹੁੰਦੀ ਹੈ ਫੱਟ ਅਫਸੋਸ ਕਰਨ ਚੱਲ ਜਾਂਦੇ, ਜੇ ਵੋਟਾਂ ਵੇਲੇ ਤਾਂ ਕਿਸੇ ਦਾ ਕੱਟਾ ਵੀ ਮਰ ਜਾਵੇ ਤਾਂ ਉਹਦਾ ਵੀ ਅਫਸੋਸ ਕਰਨ ਪਹੁੰਚ ਜਾਂਦੇ। ਕਿਸੇ ਦੇ ਘਰੇ ਕੋਈ ਡੈਥ ਹੋਈ ਤਾਂ ਲੀਡਰ ਪਹੁੰਚ ਗਏ ਉਹ ਸੰਸਕਾਰ 'ਤੇ ਜਾਣਾ, ਜਦੋਂ ਉੱਥੇ ਪਹੁੰਚੇ ਤਾਂ ਡੈੱਡ ਬੋਡੀ ਆਈ ਨਹੀਂ, ਹਜੇ ਸੀ ਆਈ ਨਹੀਂ ਸੀ ਹਜੇ। ਕਹਿੰਦੇ ਵੀ ਕਿੱਥੇ ਡੈੱਡ ਬੋਡੀ ਆਈ ਨਹੀਂ? ਉਹ ਕਹਿੰਦੇ ਕਰਦੇ, ਕਹਿੰਦੇ ਨਹੀਂ ਹੋਸਪਿਟਲ 'ਚ ਉਹ ਪੋਸਟਮਾਰਟਮ ਵਾਸਤੇ ਰੱਖੀ ਸੀ, ਉਹਨਾਂ ਨੇ ਡੈੱਡ ਬੋਡੀ ਆਉਂਦੀ ਹੋਣੀ ਹੈ। ਇੰਨੇ ਨੂੰ ਕਿਤੇ ਗੱਡੀ ਦਿਸ ਪਈ ਡੈੱਡ ਬੋਡੀ ਵਾਲੀ ਆਉਂਦੀ ਸਾਹਮਣੇ ਵੀ ਡੈੱਡ ਬੋਡੀ ਆ ਗਈ ਆ, ਤਾਂ ਲੀਡਰ ਦਾ ਅੱਗੇ ਸੁਣੋ ਕੀ ਖਚੜੀ ਜੀ ਹਾਸੀ ਵੱਸ ਕੇ ਕਹਿੰਦਾ ਦੇਖੋ ਕਿੰਨੀ ਲੰਬੀ ਉਮਰ ਹੈ, ਹੁਣੇ ਯਾਦ ਕੀਤਾ ਸੀ ਹੁਣੇ ਡੈੱਡ ਬੋਡੀ ਆ ਗਈ। ਵੀ ਬੰਦਾ ਪੁੱਛੇ ਪਤੰਦਰਾ ਕਾਹਦੀ ਲੰਬੀ ਉਮਰ ਹੈ, ਇਹੋ ਜਿਹੇ ਸਾਡੇ ਲੀਡਰ ਹੈਗੇ ਨੇ। ਸੱਚੀਆਂ ਗੱਲਾਂ ਨੇ, ਕੋਈ ਆਮ ਗੱਲਾਂ ਨਹੀਂ ਇਹ, ਕਾਲਾਂ ਨੇ ਤੁਹਾਡੀਆਂ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੀਰ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ, ਸਰਦਾਰ ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਰਦਾਰ ਗੁਰਮੇਲ ਸਿੰਘ ਧੀਰ ਸਾਹਿਬ, ਬਹੁਤ ਬਹੁਤ ਸਵਾਗਤ ਜੀ, ਕੀ ਵਿਚਾਰ ਨੇ ਜੀ? ਪਹਿਲਾਂ ਤਾਂ ਤੁਹਾਡੇ ਜਿਹੜਾ ਨਵਾਂ ਸਟੂਡੀਓ ਤੁਸੀਂ ਬਣਾਇਆ ਉਹਦੀਆਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ, ਆਓ ਤੁਸੀਂ ਵੀ। ਅਸੀਂ ਤਾਂ ਹੁਣ ਇੱਥੇ ਕੈਨੇਡਾ ਬੈਠੇ, ਨਿਊਯਾਰਕ ਛੱਡ ਕੇ ਉੱਧਰ ਚਲੇ ਗਏ ਕੈਲੀਫੋਰਨੀਆ, ਸਾਡੇ ਇੱਥੇ ਅੱਜ ਬਾਹਰ ਸਨੋ ਪੈ ਰਹੀ ਹੈ ਬੜੀ। ਅੱਛਾ ਕੈਨੇਡਾ ਵੀ ਚੱਕਰ ਲੱਗੇਗਾ, ਜਰੂਰ ਦਰਸ਼ਨ ਕਰਾਂਗੇ ਤੁਹਾਡੇ। ਹਾਂਜੀ ਹਾਂਜੀ, ਮੈਨੂੰ ਤਾਂ ਬੜੀ ਖੁਸ਼ੀ ਹੋ ਗਈ ਤੁਹਾਨੂੰ ਮਿਲ ਕੇ, ਅੱਗੇ ਵੀ ਇੱਕ ਵਾਰੀ ਤੁਹਾਡਾ ਸ਼ੋਅ ਦੇਖਿਆ ਸੀ ਇੱਥੇ ਭਗਵੰਤ ਮਾਨ ਦੇ ਨਾਲ। ਮੈਨੂੰ ਗੱਲ ਯਾਦ ਆ ਗਈ, ਭਗਵੰਤ ਮਾਨ ਦੀ ਇੱਕ ਕਾਮੇਡੀ ਟੇਪ ਆਈ ਆ 2 ਮਿੰਟ ਦੀ ਆ, ਅਗਰ ਤੁਸੀਂ ਅੱਜ ਸੁਣਾ ਦਵੋ, ਉਹ ਜਿਹੜੀ ਮੰਨੇਗੀ ਬਾਬਿਆਂ ਨੂੰ। ਹਾਂਜੀ 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 ਹਾਂਜੀ, ਬੜੀ ਸ਼ਾਨਦਾਰ ਆ, ਸਾਡੇ ਇੱਥੇ ਪੰਜਾਬੀ ਦੇ ਪ੍ਰੋਗਰਾਮਾਂ ਦੇ ਵਿੱਚ ਸੁਣਾਈ ਆ 2-3 ਵਾਰੀ, ਮੈਨੂੰ ਬੜੀ ਪਸੰਦ ਆਈ ਆ, ਬਹੁਤ ਲੋਕਾਂ ਨੂੰ ਪਸੰਦ ਆਈ ਆ। ਉਹਦੀ ਵੀਡੀਓ ਫਿਰ ਦਿਖਾ ਦਾਂਗੇ ਜੀ, ਹੁਣ ਮੇਰੇ ਖਿਆਲ ਚ ਤਾਂ ਨਹੀਂ ਸਮਾਂ ਲੱਗਣਾ, ਜ਼ਰੂਰ ਅਸੀਂ ਦਿਖਾਵਾਂਗੇ।
ਤੇ ਬਾਕੀ ਹੋਰ ਵੀ ਸਾਡਾ ਕੰਮ ਕਾਫੀ ਆਇਆ ਇਕੱਠੇ, ਬਹੁਤ ਵੀਡੀਓ ਵੂਡੀਓ ਆਈਆਂ। ਹਾਂਜੀ, ਤੁਸੀਂ ਦਿੱਲੀ ਬਾਰੇ ਆਪਾਂ ਧੀਰ ਸਾਹਿਬ ਕਰੀਏ ਗੱਲ, ਕੀ ਵਿਚਾਰ? ਦਿੱਲੀ ਬਾਰੇ ਤੇ ਗੱਲ ਕਰਨੀ ਚਾਹੁੰਦਾ, ਦਿੱਲੀ ਤੇ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਫਰਕ ਆ। ਅੱਛਾ, ਕਿਉਂਕਿ ਦਿੱਲੀ ਦੇ ਲੋਕ ਆ ਜਿਹੜੇ ਉਹ ਐਜੂਕੇਟਡ ਤੇ ਨੌਕਰੀ ਪੇਸ਼ੇ ਵਾਲੇ ਤੇ ਬਿਜ਼ਨਸ ਵਾਲੇ ਲੋਕ ਆ ਜੀ। ਪੰਜਾਬ ਦੇ ਵਿੱਚ ਲੋਕ ਸ਼ਰਾਬਾਂ ਪੀਂਦੇ ਨੇ, ਸ਼ਰਾਬਾਂ ਤੇ ਵੋਟਾਂ ਮਿਲਦੀਆਂ ਨੇ ਤੇ ਭੁੱਕੀ ਚੱਲਦੀ ਆ। ਦਿੱਲੀ ਦੇ ਵਿੱਚ ਇਹ ਕੰਮ ਹੈ ਨੀ ਗਾ ਜੀ, ਇਹ ਫਰਕ ਹੋ ਸਕਦਾ। ਹਾਂ, ਘੱਟ ਘੱਟ ਚੱਲਦਾ ਤੇ, ਪਰ ਉਹ ਲੋਕ ਉਹਨਾਂ ਦੇ ਦੇਖੋ 50,000 ਤੋਂ ਵੱਧ ਆਹ ਬਿਜ਼ਨਸ ਉਹਨਾਂ ਦੇ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਨੇ। ਦੇਖੋ ਜੀ ਡੀ ਪੀ ਕਿੰਨੀ ਥੱਲੇ ਆ ਗਈ ਆ। ਬਿਲਕੁਲ ਜੀ, ਹਾਂਜੀ, ਤਕਰੀਬਨ 4% ਤੇ ਜੀ ਡੀ ਪੀ ਆ ਗਈ ਆ ਨਰਿੰਦਰ ਮੋਦੀ ਨੇ ਜਦੋਂ ਦਾ ਇਹ ਨਾਗਰਿਕਤਾ ਬਿੱਲ ਜਿਹੜਾ ਬਣਾਇਆ, ਜਾਂ ਨਾਗਰਿਕਤਾ ਦਾ, ਜਾਂ ਦੂਜੇ ਜੀ ਐਸ ਟੀ ਵਗੈਰਾ ਜੋ ਕੁਛ ਵੀ ਕੀਤਾ ਜੀ ਜੀ। ਤੁਸੀਂ ਦੇਖੋ ਪੁਰਾਣੀ ਦਿੱਲੀ ਦੇ ਵਿੱਚ 80%, ਕਿਉਂਕਿ ਮੈਂ ਦਿੱਲੀ ਕਾਫੀ ਘੁੰਮਿਆ, ਪੁਰਾਣੀ ਦਿੱਲੀ ਦੇ ਵਿੱਚ 80% ਮੁਸਲਮਾਨ ਬੈਠੇ ਆ। ਬਿਲਕੁਲ, ਹਾਂਜੀ, ਜਮੁਨਾ ਤੋਂ ਦੂਸਰੇ ਪਾਸੇ। ਅੱਛਾ, ਉਹਨਾਂ ਨੇ ਤਾਂ ਹੁਣ ਇਹਨੂੰ ਵੋਟ ਪਾਉਣੀ ਨੀ ਗੀ ਨਾ ਜੀ ਨਾ। ਤੇ ਜਿਹੜੇ ਹਿੰਦੂ ਨੇ, ਹਿੰਦੂਆਂ ਦੇ ਵਿੱਚੋਂ ਵੀ ਬਹੁਤਿਆਂ ਨੇ ਨਹੀਂ ਵੋਟ ਪਾਉਣੀ ਭਾਜਪਾ ਨੂੰ। ਅੱਛਾ, ਕਿਉਂਕਿ ਦਿੱਲੀ ਦੇ ਵਿੱਚ ਕਾਫੀ ਕੰਮ ਕੀਤੇ ਨੇ ਕੇਜਰੀਵਾਲ ਨੇ। ਹਾਂਜੀ, ਹਰ ਇੱਕ ਮਹੱਲੇ ਦੇ ਵਿੱਚ ਉਹਨੇ ਹੈਲਥ ਦੇ ਖੋਲੀਆਂ ਨੇ, ਕਲੀਨਿਕ ਖੋਲੀਆਂ ਨੇ। ਪੰਜਾਬ ਵਾਂਗੂ ਤਾਂ ਹੈ ਨਹੀਂ, ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਇਹ ਕਰਾਂਗੇ ਵੋ ਕਰਾਂਗੇ, ਪਰ ਹੋਇਆ ਕੁਛ ਵੀ ਨਹੀਂ ਜੀ। ਇਹਦਾ ਮਤਲਬ ਕੇਜਰੀਵਾਲ ਦੇ ਚਾਂਸ ਪੂਰੇ ਨੇ। ਹਾਂਜੀ, ਕੇਜਰੀਵਾਲ ਦੇ ਚਾਂਸ ਪੂਰੇ ਆ, ਜੇ ਕਿਤੇ ਇਹ ਲੀਡਰ ਭਾਜਪਾ ਵਾਲੇ ਕੋਈ ਉੱਠਾ ਸਿੱਧਾ ਕੰਮ ਨਾ ਕਰਨ। ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ, ਪਰ ਤੁਸੀਂ ਸੁਣਵਾ ਦਿਓ ਕਿਸੇ ਦਿਨ ਭਗਵਾਨ ਤੁਹਾਡੀ। ਮੈਂ ਹੁਣ ਕੋਸ਼ਿਸ਼ ਕਰੂੰਗਾ ਸ਼ੁੱਕਰਵਾਰ ਇੱਕ ਦੀ ਰੱਖਿਆ ਹੀ ਕਰੀਏ ਉਹ ਸਾਡੀ ਪੁਰਾਣੀ। ਹਾਂਜੀ, ਓਕੇ, ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕਾਲ ਤੁਹਾਡੀ ਲਾਈਵ ਲੱਗੀ, ਕੌਣ ਬੋਲਦੇ? ਹੈਲੋ, ਹਾਂਜੀ, ਟੀਵੀ ਦੀ ਆਵਾਜ਼ ਘੱਟ ਕਰਕੇ ਕਰੋ ਜੀ ਗੱਲ, ਕੌਣ ਬੋਲਦੇ? ਹਾਂਜੀ, ਟੀਵੀ ਦੀ ਆਵਾਜ਼ ਸਰ ਜੀ ਘੱਟ ਕਰੋ, ਮੈਂ ਦੁਬਾਰਾ ਫਿਰ ਤੁਹਾਡੀ ਕਾਲ ਲੈਣਾ ਜੀ, ਮੈਂ ਫਿਰ ਹੋਰ ਨਹੀਂ ਕੱਟ ਗਈ ਕਾਲ ਤੁਹਾਡੀ, ਦੁਬਾਰਾ ਹੁਣ ਡਾਇਲ ਕਰ ਲਓ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਦੇਵੀ ਸਾਹਿਬ, ਮੈਂ ਗੁਰਦੀਪ ਸੰਧ ਆ ਜੀ, ਸੰਦਰ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਬੀਜੇਪੀ ਵਾਲੇ ਗਲਤ ਫਹਿਮੀ ਚ ਆ ਬਈ, ਹਿੰਦੂ ਵੋਟਰਾਂ ਨੂੰ ਅਸੀਂ ਖਿੱਚ ਲਾਂਗੇ, 75 ਚਲੋ ਪਰਸੈਂਟ ਹੈਗੇ ਆ ਹਿੰਦੂ, ਪਰ ਹਨੂੰਮਾਨ ਚਾਲੀਸਾ ਜਾਂ ਰਾਮਾਇਣ ਤਾਂ ਕੇਜਰੀਵਾਲ ਵੀ ਪੜ੍ਹਦਾ ਆ ਤੇ ਉਹਦੀ ਪਾਰਟੀ ਵਾਲੇ ਵੀ ਪੜ੍ਹਦੇ ਆ, ਹਿੰਦੂ ਨਾਲ ਸੰਬੰਧਿਤ ਹੈਗੇ। ਹਾਂਜੀ, ਮੀਡੀਅਮ ਵਰਗ ਦੇ ਵੀ ਪੜ੍ਹਦੇ ਆ, ਹਾਈ ਵਰਗ ਦੇ ਵੀ ਪੜ੍ਹਦੇ ਆ। ਜਿੱਦਾਂ ਭਾਈ ਸਾਹਿਬ ਪਿੱਛੇ ਬੋਲ ਕੇ ਗਏ ਆ, ਜਿਹੜੇ ਪਿੱਛੇ ਪਿਛਲੀ ਵਾਰੀ ਜਿਹੜੇ ਬਾਣੀਆਂ ਲੋਕ ਹੁੰਦੇ ਸੀ, ਜਿਹੜੇ ਦੁਕਾਨਦਾਰੀ ਵਗੈਰਾ ਬਿਜ਼ਨਸ ਕਰਦੇ ਸੀ, ਉਹ ਵੋਟ ਜ਼ਿਆਦਾ ਬੀਜੇਪੀ ਨੂੰ ਪਾਉਂਦੇ ਸੀਗੇ, ਤੇ ਪਰ ਐਤਕੀ ਉਹਨਾਂ ਦਾ ਜਿੱਦਾਂ ਇਹ ਬਹੁਤ ਘਟੀਆ ਦਰਜੇ ਦਾ ਇਕੋਨੋਮੀ ਹੋਣ ਕਰਕੇ ਉਹਨਾਂ ਦਾ ਕਾਰੋਬਾਰ ਤੇ ਬਹੁਤ ਫਰਕ ਪਿਆ, ਉਹ ਵੀ ਵੋਟ ਨਹੀਂ ਪਾਉਣ ਲੱਗੇ। ਜਿਹੜੀ ਐਤਕੀ ਦਿੱਲੀ ਚ ਵੋਟ ਪੈ ਰਹੀ ਆ, ਉਹ ਪੈ ਰਹੀ ਆ ਕੰਮ ਦੇ ਨਾਂ ਤੇ, ਕੋਈ ਸ਼ੱਕ ਨਹੀਂ। ਹਾਂਜੀ, ਤੇ ਭਗਵੰਤ ਮਾਨ ਨੇ ਤਾਂ ਉੱਥੇ ਝੰਡੇ ਗੱਡੇ ਆ, ਉਹ ਤਾਂ ਛਾ ਹੀ ਨਹੀਂ ਲੈ ਰਿਹਾ, ਉਹ 8-8 10 ਕਰੀ ਜਾਂਦਾ, ਤੇ ਦੁਨੀਆਂ ਇੰਨੀ ਖੁਸ਼ ਆ ਭਗਵੰਤ ਮਾਨ ਤੇ, ਮੈਂ ਤਾਂ ਸੱਠ ਦੇ ਵਿਚ ਵੋਟਾਂ ਮਿਲਣੀਆਂ ਤੇ ਬੀਜੇਪੀ ਨੂੰ 8-10 ਦੇ ਵਿਚ, ਕਾਂਗਰਸ ਨੂੰ 0-1 ਦੇ ਵਿਚ। ਚਲੋ ਜੀ, ਜੱਗੀ ਸਾਹਿਬ, ਜੇ ਹੈ ਕਿ ਆਪ ਪਾਰਟੀ ਜਿੱਤ ਜਾਂਦੀ ਆ ਤਾਂ ਕੇਜਰੀਵਾਲ ਦੀ ਪਾਰਟੀ ਜੇ ਜਿੱਤਦੀ ਆ, ਇਹਦਾ ਪੰਜਾਬ ਤੇ ਵੀ ਅਸਰ ਪੈਣਾ, ਹਰਿਆਣੇ ਤੇ ਵੀ ਪੈਣਾ, ਬਲਕਿ ਪੂਰੇ ਦੇਸ਼ ਤੇ ਪੈਣਾ, ਕਿ ਵੋਟਾਂ ਲੋਕਾਂ ਨੇ ਕੰਮ ਨੂੰ ਦੇਣੀਆਂ ਸ਼ੁਰੂ ਕਰ ਦੇਣੀਆਂ। ਪੰਜਾਬ ਦੀ ਰਾਜਨੀਤੀ ਤੇ ਬਹੁਤ ਵੱਡਾ ਲੋਕਾਂ ਦੇ ਬੱਚੇ ਜੀ, ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ ਸਰ, ਬਹੁਤ ਵੱਡਾ ਪੰਜਾਬ ਦੀ ਰਾਜਨੀਤੀ ਅਸਰ ਪਏਗਾ। ਹੈਲੋ ਹੈਲੋ ਜੀ, ਹਾਂਜੀ ਹਾਂਜੀ, ਸੁਰਿੰਦਰ ਸਿੰਘ ਜੀ, ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ, ਹੋਰ ਜੱਗੀ ਵੀਰ, ਕੀ ਹਾਲ ਚਾਲ ਹੈ? ਵਧੀਆ ਜੀ, ਕੀ ਕਹਿਣਾ ਚਾਹੁੰਦੇ? ਆਪਣਾ ਦਿੱਲੀ ਦੀ ਰਾਜਨੀਤੀ ਦੀ ਵੈਸੇ ਗੱਲ ਜੀ ਕੀਤੀ ਹੈ, ਕੀ ਲੱਗਦਾ ਹੈ? ਵੱਡੇ ਵੱਡੇ ਇਹ ਤਾਂ ਵੋਟਾਂ ਦੇ ਕੰਮਾਂ ਦੇ ਹਿਸਾਬ ਨਾਲ, ਜੇ ਤਾਂ ਕੇਜਰੀਵਾਲ 50 ਸੀਟਾਂ ਲੈ ਜਾਂਦਾ ਆ
ਪਰ ਨਾਲ ਪਰ ਆ ਨੀ ਲਿਜਾਣ ਨੀ ਦੇਣੀਆਂ ਮੇਰੇ ਖਿਆਲ ਦੇ 28-29-30-31 ਜਿੱਥੇ ਕਰ ਕੁਰ ਕੇ ਕੋਸੇ ਦਾ ਫਿਰ ਜੀ ਕਰਕੇ ਗੜਬੜ ਕਰਕੇ ਤੇ ਨੀ ਬੋਲ ਜੇ ਰੋਕ ਰੌਲਾ ਵੀ ਨਾ ਪਾਉਣ ਪਏ 30 ਉਹਨੂੰ ਦੇ ਦੇਵੇ 31-32 ਆਪ ਲੈ ਲੂਗੇ ਏਦਾਂ ਦਾ ਕਰ ਕੁਰ ਕੇ ਨੀ ਕਰ ਜਾਣਾ ਜੀ ਨੀ ਮਤਲਬ ਬਹੁਤ ਔਖੇ ਆ ਇਹ ਦਿੱਲੀ ਦਾ ਰਾਜ ਸਾਂਭਣ ਨੂੰ ਕਿਉਂ ਬਹੁਤ ਸਾਲ ਹੋ ਗਏ ਇਹਨਾਂ ਨੂੰ ਛੱਡੇ ਨੂੰ ਕਰਦਾ ਦਿੱਲੀ ਭਗਵੰਤ ਉਹਨਾਂ ਨਾਲ ਕਰਕੇ ਗੱਲ ਭਗਵੰਤ ਮਾਨ ਨਾਲ ਕਰਕੇ ਦੇਖਦਾ ਗੱਲ ਕੀ ਕਹਿੰਦੇ ਅੱਜ ਵੀ ਇਹਦੇ ਬਾਰੇ ਫਿਰ ਮਗਰੋਂ ਫੋਨ ਤੋਂ ਬਾਅਦ ਹਾਂਜੀ ਹਾਂਜੀ ਪਰ ਉਹ ਵੋਟਾਂ ਨਾਲ ਜਿੱਤਦਾ ਕੇਜਰੀਵਾਲ ਉਹ ਕੋਈ ਸ਼ੱਕ ਨੀ ਜੇ ਪੱਖ ਚੋਣਾ ਹੋਣ ਤਾਂ ਉਹ ਸੀਟਾਂ 40-50 ਦੇ ਵਿੱਚ ਵਿੱਚ ਲਿਜਾਂਦਾ ਆ ਕਿਉਂਕਿ ਜਿਹਦੀ ਸਰਕਾਰ ਰਹੀ ਉੱਥੇ ਪੇ ਸਾਰਾ ਕੁਛ ਉਹਦੇ ਵੱਲ ਦਾ ਹੀ ਹੋ ਜਾਂਦਾ ਜਿਹੜੇ ਕਈ ਲੀਡਰ ਨੇ ਜਾਂ ਇਲੈਕਸ਼ਨ ਕਮਿਸ਼ਨ ਹੈ ਸਾਰਾ ਕੁਛ ਵੀ ਉਹਦੇ ਵੱਲ ਦਾ ਹੀ ਤਕਰੀਬਨ ਹੋ ਜਾਂਦਾ ਇਲੈਕਸ਼ਨ ਕਮਿਸ਼ਨ ਤਾਂ ਹੈ ਹੀ ਉਹਨਾਂ ਦਾ ਹੁਣ ਜੰਮੂ ਕਸ਼ਮੀਰ ਦੇ ਕੋਲ 4 ਮਹੀਨੇ ਹੋਏ ਲੋਕ ਅੰਦਰੀ ਪਾ ਰਹੇ ਹੋ ਕੀ ਕਰ ਲਿਆ ਲੋਕਾਂ ਨੇ ਕਹਿੰਦਾ ਜਦੋਂ ਜਲਦੀ ਜ਼ੋਰ ਹੁੰਦਾ ਜਿਸ ਬੰਦੇ ਦਾ ਉਹ ਫਿਰ ਜ਼ੋਰ ਕਰਦਾ ਹੀ ਆ ਨਾ ਬਿਲਕੁਲ ਕਹਿੰਦੇ ਜਿੱਧਰ ਜਾਈਏ ਧੱਕੇ ਖਾਈਏ ਨਹੀਂ ਦਿੰਦਾ ਕੋਈ ਢੋਈ ਚੰਨੋਂ ਦੇ ਗੱਲ ਅਲੱਗ ਕਰਤਾ ਰਹੋ ਭੁੱਬਾ ਮਾਰ ਕੇ ਰੋਈ ਜੀ ਧਰਮਰਾਜ ਦੇ ਅਰਥ ਬਦਲੇ ਅੱਜ ਕੱਲ ਮੁਰਦੀ ਜੋਗੀ ਨੇ ਗਊ ਮਾਤਾ ਕਿੱਲੇ ਤੋਂ ਛੱਡਤੀ ਅੱਕੇ ਅਮਲੀ ਗੋਗੀ ਨੇ ਸਾਨ ਭੂਤਰੇ ਫਿਰਨ ਚ ਫੇਰੇ ਨਹੀਂ ਸੁਣਦੇ ਅਜੋਈ ਬੇਰੁਜ਼ਗਾਰੀ ਪੁੱਟ ਨਿਕਲ ਗਈ ਪਤੀ ਖਾ ਲਿਆ ਚਿੱਟੇ ਨੇ ਨਵੀਂ ਬਿਮਾਰੀ ਜੀ ਐਸ ਟੀ ਦੇ ਪਏ ਭੁਗਤਣੇ ਸਿੱਟੇ ਨੇ ਮਾੜੇ ਮੂੰਹ ਦੇ ਪੈਣ ਨੂੰ ਫਿਰਦੀ ਨੱਕ ਚੋਂ ਜਿਹੜੀ ਚੋਈ ਛੜੇ ਨੂੰ ਲੱਗੀਆਂ ਮੌਜਾਂ ਉਹਦੀ ਕੀ ਛੁੱਟ ਨੂੰ ਕੁੜਮਾਈ ਜੀ ਵਿੱਚ ਜਹਾਜ਼ੇ ਰੱਖ ਲਈ ਮੰਜੀ ਹੋ ਗਈ ਬੜੀ ਚੜਾਈ ਜੀ ਇੰਚ 56 ਜੋ ਹੁਣ ਛਾਤੀ ਰੂੜਕ ਗੱਠਦੀ ਹੋਈ 10 ਚਿਹਰੇ ਤੇ ਵਿਹੜੇ ਦੇ ਵਿੱਚ ਕੌਣ ਰੌਣਕਾਂ ਆਉਣਗੀਆਂ ਭੂਆ ਬਿਸ਼ਨੀ ਤਾਈ ਅਤਰੋ 10 ਕਦ ਰੱਜ ਕੇ ਸੌਣਗੀਆਂ ਅੱਛੇ ਦਿਨ ਉਡੀਕਦੀਆਂ ਉਹ ਸੱਧਰਾਂ ਫਿਰ ਲਕੋਈ ਅੱਛੇ ਦਿਨ ਉਡੀਕਦੀਆਂ ਉਹ ਸੱਧਰਾਂ ਫਿਰ ਲਕੋਈ ਤਿੰਨੋਂ ਦੇ ਗੱਲ ਲਾ ਕੇ ਕਰਤਾਰੋ ਭੱਬਾ ਮਾਰ ਕੇ ਰੋਈ ਬਹੁਤ ਮਿਹਰਬਾਨੀ ਜੀ ਮਿਹਰਬਾਨੀ ਜੀ ਬਹੁਤ ਸੁਰਿੰਦਰ ਸਿੰਘ ਜੀ ਤੁਹਾਡੀ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਕਾਲ ਲਾਈਵ ਲੱਗੀ ਹੋਈ ਹੈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵਾਹ ਜੀ ਵਾਹ ਸਤਿ ਸ਼੍ਰੀ ਅਕਾਲ ਜੱਗੀ ਸਾਹਿਬ ਜੀ ਜੀ ਸਰ ਸਤਿ ਸ਼੍ਰੀ ਅਕਾਲ ਕੈਲੀਫੋਰਨੀਆ ਕਿਹੜੀ ਜਗ੍ਹਾ ਤੁਸੀਂ ਰਹਿੰਦੇ ਹੋ ਜੀ ਅਸੀਂ ਕੈਲੀਫੋਰਨੀਆ ਚ ਜੀ ਨਹੀਂ ਨਹੀਂ ਕੈਲੀਫੋਰਨੀਆ ਤਾਂ ਬਹੁਤ ਵੱਡਾ ਜੀ ਆਪਣੇ ਮੈਨੂੰ ਵਧਾਈਆਂ ਪਹਿਲਾਂ ਬਹੁਤ ਤੁਹਾਡੇ ਨਵੇਂ ਸਟੂਡੀਓ ਦੀਆਂ ਤਾਂ ਹੀ ਪੁੱਛਿਆ ਜੀ ਅੱਛਾ ਤੁਸੀਂ ਕਿਹੜੇ ਸ਼ਹਿਰ ਚ ਖੋਲ ਰਹੇ ਆ ਅਸੀਂ ਲੈਥਰੋਪ ਜੀ ਸਟਾਕਟਨ ਦੇ ਨਾਲ ਘੰਟੇ ਡੇਢ ਘੰਟੇ ਦਾ ਰਸਤਾ ਹੈ ਜੀ ਤੁਹਾਡਾ ਇੱਕ ਮਿੰਟ ਮਾੜਾ ਜਿਹਾ ਹੋਲਡ ਰੱਖਿਓ ਹਾਂਜੀ ਕਿਹੜੀ ਜਗ੍ਹਾ ਤੁਸੀਂ ਹੈਗੇ ਕਿੱਥੋਂ ਘੰਟੇ ਡੇਢ ਘੰਟੇ ਦਾ ਇੱਥੋਂ ਲਿਵਿੰਗਸਟਨ ਤੋਂ ਹਾਂ ਜੀ ਆਪਣੇ ਲਿਵਿੰਗਸਟਨ ਦਾ ਨਾਲ ਹੀ ਲਿਵਿੰਗਸਟਨ ਹੈ ਪਰ ਇਹ ਨਾਲ ਹੀ ਆ ਘੰਟੇ ਦਾ ਹੀ ਆ ਮਸੀ ਤਾਂ ਮਸੀ ਇਹ ਆਈ5 ਤੇ ਹੀ ਹੈ ਜੀ ਸਾਡਾ ਅੱਛਾ ਤੁਸੀਂ ਕਦੋਂ 6 ਮਾਰਚ ਨੂੰ ਖੋਲ ਰਹੇ ਆ ਨਹੀਂ ਅਸੀਂ ਕੰਮ ਤਾਂ ਉੱਥੇ 15 ਤੋਂ ਸ਼ੁਰੂ ਕਰ ਦਿੰਦਾ 6 ਮਾਰਚ ਦੀ ਰੱਖੀ ਹੈ ਓਪਨਿੰਗ ਪਾਰਟੀ ਗ੍ਰੈਂਡ ਓਪਨਿੰਗ ਜਿਵੇਂ ਹੁੰਦੀ ਓਪਨਿੰਗ ਪਾਰਟੀ ਜ਼ਰੂਰ ਮੈਂ ਹਾਜ਼ਰ ਹੋਣ ਦੀ ਕੋਸ਼ਿਸ਼ ਕਰੂੰਗਾ ਜੀ ਤੁਸੀਂ ਨਾ ਫੋਨ ਕਰ ਲਿਓ ਮੈਨੂੰ 209-400-33 ਵਾਰ ਸੈਲ ਮੈਨੂੰ ਪਤਾ 33-62 ਦਾ ਫੋਨ ਦਾ ਤੁਹਾਡਾ ਪਤਾ 400 ਕੀ ਵਿਚਾਰ ਨੇ ਜੀ ਦਿੱਲੀ ਬਾਰੇ ਵਿਚਾਰ ਦਿੱਲੀ ਬਾਰੇ ਇਹ ਆ ਕੇਜਰੀਵਾਲ ਦੀ ਦਾ ਚੜ੍ਹਤ ਹੈਗੀ ਆ ਜੀ ਪਰ ਹੇਰਾ ਫੇਰੀ ਨਾ ਹੋ ਜਾਵੇ ਮੈਂ ਤਾਂ ਇਹੀ ਕਹਿੰਦਾ ਮੁੱਖ ਦੀ ਗੱਲ ਇਹੀ ਆ ਗਈ ਜਿਹੜੇ ਪਤਾ ਨੀ ਪਾਵਰ ਚ ਅੱਗੇ ਵੀ ਜਿਹੜੇ ਹੁਣ ਇੰਨੀਆਂ ਸੀਟਾਂ ਯੂਪੀ ਚੋਂ ਲੈ ਗਏ ਆ ਤੇ ਇਹ ਮਸ਼ੀਨਾਂ ਦੀ ਜਾਂ ਕੁਛ ਹੋਰ ਵੀ ਹੇਰਾ ਫੇਰੀ ਹੈਗੀ ਆ ਜੀ ਬਿਲਕੁਲ ਇਹਦਾ ਹੋ ਸਕਦਾ ਬਿਲਕੁਲ ਇਹ ਤੇ ਵਿਚਾਰ ਰੱਖਿਓ ਬਾਕੀ ਕੁਛ ਨੀ ਇਹਨਾਂ ਦੇ ਪੱਲੇ ਕੁਛ ਨੀ ਹੈ ਤੇ ਸਾਰੇ ਆ ਜਿਹੜਾ ਆਪਣਾ CA ਜਿਹੜਾ ਇਹਦੇ ਬਹੁਤ ਖਿਲਾਫ ਆ ਮੋਦੀ ਦੇ ਜੀ ਮੋਦੀ ਵੀ ਹਲੇ ਚੰਗਾ ਸੀ ਅਹਿਮਦ ਸ਼ਾਹ ਜਿਹੜਾ ਆ ਗਿਆ ਵਿੱਚ ਧੱਕੇਸ਼ਾਹੀ ਉਹ ਸਿੱਧਾ ਡਿਕਟੇਟਰਸ਼ਿਪ ਤੇ ਉੱਤਰ ਆਇਆ ਸਿੱਧਾ ਬਿਲਕੁਲ ਜੀ ਉਹ ਤਾਂ ਏਦਾਂ ਧੱਕੇਸ਼ਾਹੀ ਤੇ ਏਦਾਂ ਕੁਛ ਵੀ ਨਹੀਂ ਕਰਦਾ ਤੇ ਬਾਕੀ ਕਾਂਗਰਸ ਦਾ ਤਾਂ ਹੁਣ ਦੇਖ ਲਓ ਕੀ ਬਣਦਾ ਆ ਉਹ ਤਾਂ ਪਿੱਛੇ ਮੁੜੇ ਹੀ ਆਇਆ ਕੈਪਟਨ ਤਾਂ ਉਹ ਤਾਂ ਜੀ ਹੁਣ ਫਿਰ ਹੁਣ ਨਹਿਰੂ ਪਰਿਵਾਰ ਦੀ ਗੋਦੀ 'ਚ ਬਹਿ ਗਈ ਬੜੀ ਡਿਟੇਲ ਚ ਵੈਸੇ ਹੋਈ ਸੀ ਗੱਲ ਦੇਖੋ ਉਮੀਦ ਤਾਂ ਕਾਫੀ ਹੈ ਬਾਕੀ ਸਮਾਂ ਦੱਸੂਗਾ ਜੀ ਬਾਕੀ ਹੁਣ ਭਗਵੰਤ ਮਾਨ ਨੂੰ ਕਿਤੇ ਇੱਥੇ ਲਿਆਇਓ ਆਪਣੇ ਹਾਂਜੀ ਸਟੂਡੀਓ ਤੇ ਸਟੂਡੀਓ ਚ ਵੀ ਲਿਆਵਾਂਗੇ ਜੀ ਤੇ ਵੈਸੇ ਫੋਨ ਤੇ ਪਹਿਲਾਂ ਗੱਲ ਕਰਾਂਗੇ ਬੜੀ ਮਿਹਰਬਾਨੀ ਸਰ ਜੀ ਤੁਹਾਡੀ ਥੈਂਕ ਯੂ ਬਹੁਤ ਮਿਹਰਬਾਨੀ ਜੀ ਬਹੁਤ ਬ੍ਰੇਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ ਦੇਖਦੇ ਰਹੋ ਜਸ ਪੰਜਾਬੀ ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹੈ ਅਤੇ ਗੱਲਬਾਤ ਚੱਲ ਰਹੀ ਹੈ ਜੀ ਦਿੱਲੀ ਬਾਰੇ ਦਿੱਲੀ ਦੀ ਅਗਰ ਗੱਲ ਕਰੀਏ ਤਾਂ ਦਿੱਲੀ ਵੈਸੇ ਕਹਿੰਦੇ ਵੀ ਦਿਲ ਵਾਲੋਂ ਕੀ ਹੈਗੀ ਆ
ਪਰ ਫਿਰ ਵੀ ਉਹ ਯੂਨੀਅਨ ਟੈਰੀਟਰੀ ਹੈਗੀ ਹੈ ਕੇਜਰੀਵਾਲ ਵਾਸਤੇ। ਇੱਕ ਜਿਹੜੀ ਸਮੱਸਿਆ ਉੱਥੇ ਹੈਗੀ ਆ ਕਿ ਪੁਲਿਸ ਜਿਹੜੀ ਦਿੱਲੀ ਦੀ ਹੈਗੀ ਆ ਉਹ ਅੰਡਰ ਹੈਗੀ ਸੈਂਟਰ ਗੌਰਮੈਂਟ ਦੇ, ਜਿਵੇਂ ਚੰਡੀਗੜ੍ਹ ਹੈਗਾ ਯੂਨੀਅਨ ਟੈਰੀਟਰੀ ਸੈਂਟਰ ਗੌਰਮੈਂਟ ਦੇ ਅੰਦਰ, ਵਾਲੇ ਮਹਿਕਮੇ ਸੈਂਟਰ ਗੌਰਮੈਂਟ ਦੇ ਅੰਡਰ ਨੇ। ਅਤੇ ਅਗਰ ਸਾਰਾ ਕੁਛ ਇਹਦੇ ਹੱਥ ਹੁੰਦਾ ਤਾਂ ਫਿਰ ਸ਼ਾਇਦ ਕੁਛ ਦਾ ਕੁਛ ਕਰ ਲੈਂਦਾ। ਹੁਣ ਇਹਦੇ 'ਚ ਤਾਂ ਮੇਰੇ ਖਿਆਲ 90% ਤਾਂ ਇਹਨੂੰ ਸਾਥ ਹੀ ਨਹੀਂ ਮਿਲਿਆ ਨਾਲ ਗੌਰਮੈਂਟ ਦਾ। ਕਾਲਾਂ ਤੁਹਾਡੀਆਂ ਲੈਂਦੇ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। 917 ਏਰੀਆ ਕੋਡ ਈਸਟ ਕੋਸਟ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ। ਹਾਂਜੀ, ਹੈਲੋ, ਚਲੋ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ, ਦਰਸ਼ਨ ਬੋਲਦਾ ਜੀ। ਜੀ ਤੋਂ ਦਰਸ਼ਨ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਤੁਹਾਨੂੰ ਮਿਲੇ ਸੀ, ਤੁਹਾਨੂੰ ਯਾਦ ਹੋਊ, ਫੋਟੋਆਂ ਖਿੱਚੀਆਂ ਸੀ ਆਪਾਂ ਆਏ। ਨਹੀਂ, ਕਿਹੜੀ ਜਗ੍ਹਾ, ਕਿੱਥੇ ਆਪਾਂ, ਗੁਰੂ ਕਰਕੇ ਕਿਤੇ ਹੋਰ? ਡਾਕਟਰ ਪਿਆਰਾ ਸਿੰਘ ਹੁਣਾਂ ਲਾਵਾਂਗੇ, ਡਾਕਟਰ ਅਮਰਤ ਜੀ ਵਾਲੀ ਵੀ ਆਵਾਂਗੇ, ਸਾਰਿਆਂ ਦੇ ਦਰਸ਼ਨ ਮੇਲੇ ਕਰਾਂਗੇ। ਜੀ ਹਾਂ, ਜਰੂਰ ਜਰੂਰ ਜੀ, ਜਰੂਰ ਦਰਸ਼ਨ ਦਿਓ ਉੱਥੇ। ਮੈਂ ਤੁਹਾਡਾ ਨੰਬਰ ਮੈਂ ਨਾ ਹੋ ਤੇ ਨੋਟ ਕਰ ਲੈਣਾ ਤੇ ਅਸੀਂ ਫਿਰ। ਸਰਦਾਰ ਦਸਮੀ ਸਿੰਘ ਜੀ, ਕੀ ਕਹਿਣਾ ਚਾਹੁੰਦੇ? ਬੜਾ ਵਧੀਆ ਲੱਗਿਆ ਜੀ, ਉਦੋਂ ਮਾਹੌਲ ਬੜਾ ਵਧੀਆ ਸੀ ਆਪਣੇ ਉਹਨਾਂ ਦੇ ਘਰ। ਉਹ ਤਾਂ ਜੀ ਮੈਂ ਕਹਿੰਦਾ ਤੁਹਾਡੀਆਂ ਫੋਟੋਆਂ ਵੀ ਖਿੱਚੀਆਂ ਹੋਈਆਂ, ਮੇਰੇ ਘਰ ਵਾਲੀ ਨੇ ਗੀਤ ਗੂਤ ਵੀ ਗਾਏ, ਹਾਲਾਂਕਿ ਕਦੇ ਵੀ ਨੀ ਸੀ ਉਹ ਜਾਂ ਕੁਛ ਹੋਇਆ, ਪਰ ਉਹ ਚਲੋ ਹੋ ਗਿਆ। ਨਹੀਂ ਨਹੀਂ, ਵਧੀਆ, ਚਲੋ ਫਨ ਹੁੰਦਾ ਨੇ ਨਾ ਦਿੱਲੀ ਚ ਜੋ ਜਹਾਨ ਦੀ ਤਾਕਤ ਸੀ ਇਹਨਾਂ ਨੇ ਝੋਕਤੀ ਝੋਕਤੀ ਜੀ, ਜਿਹੜਾ 240 ਐਮ ਪੀ ਜਿਹੜੇ ਹਜੇ ਬੈਠੇ ਆ ਉੱਥੇ ਦਿੱਲੀ ਚੁੱਕੀਆਂ ਚ, 240 ਐਮ ਪੀ, 70 ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਉਹਨਾਂ ਦੇ ਮਨਿਸਟਰ, ਤੇ 11 ਸੂਬਿਆਂ ਦੇ ਮੁੱਖ ਮੰਤਰੀ ਜਿਹੜੇ ਖੱਟਰ ਵਰਗੇ ਉਹਨੂੰ ਕਹਿੰਦੇ ਆ ਕੇ ਬਈ ਬਾਂਦਰ ਦੇ ਹੱਥੋਂ ਉਸ ਤਰ੍ਹਾਂ ਆ ਗਿਆ ਇਹਨੇ, ਇਹ ਕਿਹਾ ਖੱਟਰ ਨੇ, ਹਿਸਾਬ ਲਾਓ ਬਈ ਉਸ ਬੰਦੇ ਦੀ ਕਿੰਨੀ ਕੁ ਲਿਆਕਤ ਹੋਊਗੀ। ਉਹ ਹਰਿਆਣੇ ਦਾ ਮੁੱਖ ਮੰਤਰੀ ਹੈ, ਦੂਜੇ ਮੁੱਖ ਮੰਤਰੀ ਨੂੰ ਇਹ ਕਹਿੰਦਾ ਬਈ ਬਾਂਦਰ ਦੇ ਹੱਥ ਉਸ ਤਰ੍ਹਾਂ ਆ ਗਿਆ, ਕਹਿੰਦਾ ਕੰਨ ਤੁਹਾਡੇ ਵੱਡੇ ਹੀ ਆ, ਕੋਈ ਨਾ ਕੋਈ ਤੁਹਾਡੀ ਤੁਹਾਡੇ ਕੰਨ ਵੱਢਣੇ ਉਹਨੇ ਫੇਰ। ਹੁਣ ਜਾਣੀ ਜੱਗੀ ਬਹੁ ਜਗਬੀਰ ਜੀ ਗੱਲ ਇਹ ਆ ਵੀ ਇਹਨਾਂ ਨੇ ਤਾਂ ਜਾਣੀ ਹੱਥ ਲਾਤੀ। ਤੁਸੀਂ ਦੇਖੋ ਸ਼ਾਹੀਨ ਬਾਗ ਹਰ 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 ਸੂਬੇ ਚ ਬਣਿਆ ਹੋਇਆ, ਕੱਲਾ ਦਿੱਲੀ ਚ ਨੀ ਬਣਿਆ ਹੋਇਆ। ਇਸ ਵੇਲੇ ਥਰੂ ਆਊਟ ਅਮਰੀਕਾ ਆਪਣਾ ਇੰਡੀਆ ਚ ਸਾਰੇ ਜੀ, ਅਸੀਂ ਅਮਰੀਕਾ 26 ਜਨਵਰੀ ਨੂੰ ਗਏ ਸੀ ਅਸੀਂ ਇੱਥੇ ਸਨ ਫਰਾਂਸਿਸਕੋ ਐਮਬੈਸੀ ਦੇ ਮੂਹਰੇ, ਤੇ ਉੱਥੇ ਹਜ਼ਾਰਾਂ ਲੋਕ ਸੀ ਇਕੱਠੇ ਹੋਏ ਹੋਏ ਇਹਦੇ ਖਿਲਾਫ। ਇੱਥੇ ਵੀ ਅਸੀਂ ਐਲਏ ਚ ਗਏ ਸੀਗੇ, ਪ੍ਰੋਗਰਾਮ ਇੱਥੇ ਵੀ ਸੀਗਾ। ਹਾਂਜੀ, ਜਾਣੀ ਕਹਿਣ ਦਾ ਭਾਵ ਇਹ ਹੈ ਵੀ ਉਹ ਇਸ ਵੇਲੇ ਪਖਲਾਈ ਹੋਈ ਪਾਰਟੀ ਹੋਊਗੀ, ਜਿਵੇਂ ਇੰਦਰਾ ਗਾਂਧੀ ਜਦੋਂ ਰਾਜਿੰਦਰਾ ਨੇ ਉਹਨੂੰ ਹਰਾਇਆ ਸੀ ਨਾ, ਇੰਦਰਾ ਗਾਂਧੀ ਨੂੰ ਵੋਟਾਂ ਚ, ਉਹ ਜਦੋਂ ਇਹਨੇ ਐਮਰਜੈਂਸੀ ਲਾਈ ਸੀ ਤੇ ਉਹ ਜਿਹੜੀ ਘਬਰਾਹਟ ਸੀ ਇੰਦਰਾ ਗਾਂਧੀ ਦੀ, ਉਹੀ ਘਬਰਾਹਟ ਇਸ ਵੇਲੇ ਮੋਦੀ ਦੇ ਮਨ ਦੇ ਵਿੱਚ ਮੋਦੀ ਦੀ ਹੈਗੀ, ਪਰ ਉਹ 200% ਲੱਗਿਆ ਹੋਇਆ। ਉਦੋਂ ਰਾਮ ਮੰਦਿਰ ਦਾ ਉਹਨੇ ਟਰੱਸਟ ਬਣਾ ਦਿੱਤਾ ਜੀ, ਉਹਨੇ ਸਾਰਾ ਕੁਛ ਕਰ ਕਰਾ ਕੇ, ਕੋਸ਼ਿਸ਼ ਉਹਦੀ ਪੂਰੀ ਹੈ। ਠੀਕ ਹੈ ਜੀ, ਉਹਨੇ ਦੇਖੋ ਹੀ ਲਾਤੀ। ਤੇ ਗੱਲ ਕਹਿਣ ਦਾ ਭਾਵ ਹੈ ਵੀ ਦੇਖੋ ਜੇ ਈਵੀਐਮ ਦਾ ਪੰਗਾ ਨਾ ਹੁੰਦਾ ਤਾਂ 70-70 ਜਿੱਤੇ ਸੀਗੇ, ਹੁਣ ਪਤਾ ਨੀ ਰੱਬ ਜਾਣੇ ਹੁਣ ਤਾਂ ਗਾਹਾਂ ਬਈ ਕਿੰਨੀਆਂ ਜਿੱਤ ਸਕਦੇ ਆ। ਜੇ 70-70 ਜਿੱਤ ਗਏ ਸਮਝ ਲਓ ਈਵੀਐਮ ਦੀ ਠੱਗੀ ਨਹੀਂ ਬੱਚੀ। ਹਾਂਜੀ, ਚਲੋ ਨੀ 50-60 ਵੀ 50-50 ਵੀ ਲੈ ਗਏ ਤਾਂ ਵੀ ਫਿਰ ਠੀਕ ਹੈ, ਈਵੀਐਮ ਦਾ ਨੀ ਹੈਗਾ। ਚਲੋ ਬੜੀ ਮਿਹਰਬਾਨੀ ਸਰ ਜੀ ਤੁਹਾਡੀ, ਜ਼ਰੂਰ ਕਾਲ ਕਰਾਂਗੇ ਤੁਹਾਨੂੰ। ਮਿਹਰਬਾਨੀ ਜੀ, ਕਾਲ ਸੀਗੀ ਹੋਰ ਕੱਟ ਗਈ ਉਹ, ਤੇ ਹੁਣ ਕਾਲ ਕਰ ਸਕਦੇ ਹੋ, ਕੋਸ਼ਿਸ਼ ਕਰਾਂਗੇ ਬ੍ਰੇਕ ਤੋਂ ਬਾਅਦ ਫਿਰ ਕਾਲ ਜਿਹੜੀ ਇੱਕ ਅੱਧੀ ਲੈਣ ਦੀ। ਗੱਲ ਮੁੱਕਦੀ ਆ ਕਿ ਰਾਜਨੀਤੀ ਜਿੱਥੇ ਆ ਗਿਆ ਨਾ, ਰਾਜ ਕਰਨ ਵਾਸਤੇ ਨੀਤੀ ਇਹ ਜਦੋਂ ਪਹਿਲੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਨੇ ਬਣਾਇਆ, ਉਹਨਾਂ ਨੇ ਨੀਤੀ ਬਣਾਈ ਸੀ, ਇਹਨਾਂ ਨੇ ਮਾੜੀ ਨੀਤੀ ਕਰਤੀ ਔਰ ਰਾਜਨੀਤੀ ਦਾ ਉਹ ਹਾਲ ਕਰਤਾ, ਉਹ ਥੱਲੜੇ ਪੱਧਰ ਤੱਕ ਰਾਜਨੀਤੀ ਲੈ ਗਏ ਇਹ। ਰਾਜਨੀਤੀ ਜਦੋਂ ਆਉਂਦਾ ਉਦੋਂ ਫਿਰ ਕੋਈ ਸਕਾ, ਮਾਂ ਪਿਓ, ਭੈਣ ਭਰਾ ਕੋਈ ਨਹੀਂ, ਸਭ ਪਾਸੇ ਰਹਿ ਜਾਂਦੇ, ਉਦੋਂ ਸਿਰਫ ਅਤੇ ਸਿਰਫ ਕੁਰਸੀ ਦਿਸਦੀ ਆ, ਅਤੇ ਇੱਕੋ ਇੱਕ 24 ਘੰਟੇ ਦਿਮਾਗ ਦੇ ਵਿੱਚ ਕੰਮ ਕਰਦੀ ਗੱਲ ਵੀ ਕੁਰਸੀ ਕਿਵੇਂ ਲੈਣੀ ਆ, ਉਹਨੂੰ ਹਰਾਉਣਾ ਕਿਵੇਂ ਆ, ਉਹਨੂੰ ਹਰਾਉਣ ਵਾਸਤੇ ਜਾਂ ਆਪ ਜਿੱਤਣ ਵਾਸਤੇ ਕਿਹਨੂੰ ਕਿਹਨੂੰ ਪੈਸਾ ਚੜਾਉਣਾ ਅਤੇ ਕਿਹਨੂੰ ਗੱਡੀ ਚੜਾਉਣਾ, ਇਹ ਸੋਚਦੇ ਰਹਿੰਦੇ ਨੇ।
ਹੈਲੋ ਹੈਲੋ ਜੀ, ਕਾਲ ਤੁਹਾਡੀ ਕੱਟ ਜਾਂਦੀ ਹੈ, ਦੁਬਾਰਾ ਕਰ ਲਿਓ, ਪਰ ਹੁਣ ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ, ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ, ਪਰ ਅਖੀਰ ਦੇ ਵਿੱਚ ਮੈਂ ਜਿਹੜੀ ਅਨਾਊਂਸਮੈਂਟ ਜ਼ਰੂਰ ਫਿਰ ਕਰਨੀ ਚਾਹੁੰਦਾ ਸਟੂਡੀਓ ਦੀ। ਸਟੂਡੀਓ 'ਤੇ ਤੁਹਾਡਾ ਸਵਾਗਤ ਹੈ ਜੀ। ਕੈਲੀਫੋਰਨੀਆ 'ਚ ਬੜੀ ਦੇਰ ਦੀ ਸਾਡੇ ਦਰਸ਼ਕਾਂ ਦੀ ਮੰਗ ਸੀਗੀ, ਅਤੇ ਬਹੁਤ ਸਾਡੇ ਸਾਰੇ ਦੋਸਤ ਮਿੱਤਰ ਇਹ ਵੀ ਕਹਿੰਦੇ ਸੀ ਵੀ ਅਸੀਂ ਹਰ ਤਰ੍ਹਾਂ ਦੀ ਮਦਦ ਵਾਸਤੇ ਤੁਹਾਡੇ ਨਾਲ ਖੜ੍ਹੇ ਹਾਂ, ਬੇਸ਼ੱਕ ਉਹ ਫਾਈਨੈਂਸ਼ਲੀ ਗੱਲ ਹੈ। ਸੋ ਫਾਈਨੈਂਸ਼ਲੀ ਦੀ ਗੱਲ ਕਰੀਏ ਤਾਂ ਅਸੀਂ ਕਿਸੇ ਤਰ੍ਹਾਂ ਦੀ ਫੰਡ ਰੇਜਿੰਗ ਦਾ ਇਸ ਤਰ੍ਹਾਂ ਦਾ ਨਹੀਂ ਸੋਚਿਆ ਹੋਇਆ। ਇਹ ਹੈ ਵੀ ਸਾਨੂੰ ਤੁਸੀਂ ਹੈਲਪ ਕਰੋ, ਅਸੀਂ ਤੁਹਾਨੂੰ ਸਰਵਿਸ ਦੇਵਾਂਗੇ ਸਟੂਡੀਓ ਦੇ ਵਿੱਚ। ਹੈਲਪ ਸਰਵਿਸ ਸਾਡੀ ਜਿਹੜੀ ਹੈਗੀ ਆ, ਐਡ ਹੈਗੀ ਆ, ਪ੍ਰੋਗਰਾਮ ਅਸੀਂ ਕਰ ਸਕਦੇ ਹਾਂ, ਕਿਸੇ ਤਰ੍ਹਾਂ ਦਾ ਸਪੋਂਸਰਸ਼ਿਪ ਤੁਸੀਂ ਚਾਹੁੰਦੇ ਹੋ ਸਟੂਡੀਓ ਦੀ, ਲਾਈਵ ਈਵੈਂਟ ਹੋਏਗੀ, ਪੂਰੀ ਦੁਨੀਆ ਦੇ ਵਿੱਚ ਲਾਈਵ ਦਿਖਾਵਾਂਗੇ ਸਟੂਡੀਓ ਦੀ ਗ੍ਰੈਂਡ ਓਪਨਿੰਗ ਜਿਹੜੀ ਹੈ। ਜਿਹੜੇ ਇੱਥੋਂ ਲੋਕ ਆ ਸਕਦੇ ਉਹ ਆਉਣਗੇ, ਜਿਹੜੇ ਬਾਕੀ ਪੂਰੀ ਦੁਨੀਆ 'ਚ ਘਰਾਂ 'ਚ ਬੈਠ ਕੇ ਦੇਖਣਗੇ। ਸੋ ਕਿਸੇ ਤਰ੍ਹਾਂ ਦੀ ਸਪੋਰਟ ਜਿਹੜੀ ਕਰਨੀ ਚਾਹੁੰਦੇ ਹੋ, ਉਹ ਵੀ ਮੈਂ ਇੱਕ ਤਾਂ ਮੇਰਾ ਨੰਬਰ ਹੈਗਾ ਅਤੇ ਇੱਕ ਸਾਡੇ ਅਸ਼ਮਤਾ ਦਾ ਨੰਬਰ ਹੈਗਾ। ਮੇਰਾ ਨੰਬਰ ਤਾਂ ਤੁਹਾਡੇ ਕੋਲ ਅਕਸਰ ਦੱਸੀਦਾ ਹੀ ਹੈਗਾ, ਅਤੇ ਅਸ਼ਮਤਾ ਨੰਬਰ ਦੇਖ ਕੇ ਇੱਕ ਵਾਰ ਦੱਸ ਦਿੰਦਾ, ਬਸ ਮੈਂ ਕੱਲ੍ਹ ਤੋਂ ਲਿਖ ਕੇ ਰੱਖੂੰਗਾ, ਲਿਖਣਾ ਚਾਹੀਦਾ। 464 ਵਾਲਾ ਨੰਬਰ ਹੈਗਾ ਜੀ, ਨਿਊਯਾਰਕ ਦਾ। ਹਾਂਜੀ, 646 ਜਾਂ ਜਿਮੀ ਸਾਹਿਬ ਨਾਲ ਲਿਖ ਵੀ ਲਿਓ, 4642467770, 646-246-7070 ਉਹਨਾਂ ਦਾ ਨੰਬਰ ਹੈ ਜੀ। ਇਸ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ, ਤੁਸੀਂ ਕਿਸੇ ਤਰ੍ਹਾਂ ਦੀ ਸਪੋਰਟ ਕਰਨੀ ਚਾਹੁੰਦੇ ਹੋ, ਹੈਲਪ ਕਰਨੀ ਚਾਹੁੰਦੇ ਹੋ, ਜਾਂ ਤੁਸੀਂ ਗ੍ਰੈਂਡ ਓਪਨਿੰਗ 'ਤੇ ਆਉਣਾ ਚਾਹੁੰਦੇ ਹੋ, ਤਾਂ ਮੇਰਾ ਨੰਬਰ ਹੈਗਾ 209-450-3362। ਉੱਦਾਂ ਵੀ ਕਿਸੇ ਜਾਣਕਾਰੀ ਲਈ ਜਾਂ ਕੈਲੀਫੋਰਨੀਆ ਵੈਸਟ ਕੋਸਟ ਦੀ ਗੱਲਬਾਤ ਕਰਨੀ ਹੋਵੇ, ਕੋਈ ਖਬਰ ਦੇਣੀ ਹੋਵੇ, ਐਡ ਦੇਣੀ ਹੋਵੇ, ਗਾਣਾ ਦੇਣਾ ਹੋਵੇ, ਜਾਂ ਕੋਈ ਈਵੈਂਟ ਤੁਹਾਡੇ ਨੇੜੇ ਤੇੜੇ ਹੋ ਰਹੀ ਹੈ ਉਹ ਕਵਰ ਕਰਾਉਣੀ ਹੋਵੇ, ਤਾਂ ਮੇਰਾ ਨੰਬਰ ਜਿਹੜਾ 209-450-3362 ਆ। ਈਸਟ ਕੋਸਟ ਵਾਸਤੇ ਅਸ਼ਮਤਾ ਨੰਬਰ ਹੈਗਾ, ਤੁਸੀਂ ਉਹਨਾਂ ਨੂੰ ਸੈੱਲ 'ਤੇ ਗੱਲ ਕਰਕੇ ਕੋਈ ਵੀ ਈਸਟ ਕੋਸਟ ਦੀ ਗੱਲਬਾਤ ਖਬਰਸਾਰ ਦੇਣੀ ਚਾਹੁੰਦੇ ਹੋ ਤਾਂ ਉਹਨਾਂ ਨੂੰ 646-246-7070 'ਤੇ ਕਾਲ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ।